ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਡੰਡਾਉਤ ਬੰਦਨ ਆਨਿਕ ਵਾਰ, ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੁ, ਨਾਨਕ ਦੇ ਕਰ ਹੱਥ ਤਿਸ ਕੀ ਸ਼ਰਨੀ ਪਰਮਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ, ਦੁਖ ਦਰਦ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ
ਆਰਾ ਪੂਜ ਪਗਲ ਭਵਨ ਕੇ ਨਾ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ, ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਕੱਲ ਦੇ ਦੀਵਾਨ ਵਿੱਚ ਆਪਾਂ ਭਾਈ ਮੰਝ ਤੇ ਗੁਰਬਾਣੀ ਦੀ ਵਿਚਾਰ ਰਾਹੀਂ ਸਿੱਖੀ ਕਿਵੇਂ ਕਮਾਉਣੀ ਹੈ ਇਹਦੇ ਬਾਰੇ ਸਾਰੀ ਵਿਚਾਰ ਕਰ ਚੁੱਕੇ ਹਾਂ। ਆਓ ਅੱਜ ਦਾ ਦੀਵਾਨ ਕੁਝ ਗੁਰਬਾਣੀ ਦੇ ਵਿੱਚੋਂ ਵਿਚਾਰ, ਕਿਉਂਕਿ ਸ਼ਬਦ ਦੀ ਵਿਚਾਰ ਕਰਨੀ ਅਤਿ ਜ਼ਰੂਰੀ ਹੈ। ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਵਧਾਉਣਾ ਸਗਲੀ ਸ਼ਾਰ। ਸਾਰਿਆਂ ਤੋਂ ਉੱਪਰ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਰੱਖਣਾ ਹੈ। ਗੁਰਬਾਣੀ ਦੀ ਵਿਚਾਰ ਤੋਂ ਬਿਨਾਂ ਹੋਰ ਕਿਸੇ ਵੀ ਗੱਲ ਨੂੰ ਅਸੀਂ ਮੰਨਣਾ ਨਹੀਂ। ਹੋਰ ਕਥਨੀ ਵਧਾਉਣਾ ਸਗਲੀ ਸ਼ਾਰ ਸਾਡੇ ਵਾਸਤੇ ਸਾਰੀ ਸਵਾਹ ਹੈ। ਹਰ ਗੱਲ ਸਾਡੇ ਵਾਸਤੇ ਸਾਰੀ ਸਵਾਹ ਹੈ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੀ ਕਸਵੱਟੀ 'ਤੇ ਕਹਿ ਲਓ, ਗੁਰਬਾਣੀ ਦੇ ਸਟੈਂਡਰਡ 'ਤੇ ਜਿਹੜੀ ਵੀ ਗੱਲ ਪੂਰੀ ਨਹੀਂ ਉਤਰਦੀ ਅਸੀਂ ਨਹੀਂ ਮੰਨਦੇ। ਭਾਵੇਂ ਉਹ ਜਿੱਥੇ ਮਰਜ਼ੀ ਲਿਖੀ ਹੋਵੇ, ਜਿਹੜਾ ਮਰਜ਼ੀ ਬਾਬਾ ਉਸ ਗੱਲ ਨੂੰ ਕਹਿੰਦਾ ਹੋਵੇ, ਹਰ ਗੱਲ ਨੂੰ ਅਸੀਂ ਗੁਰਬਾਣੀ ਦੀ ਕਸਵੱਟੀ 'ਤੇ ਪਰਖਣਾ ਹੈ। ਉਹ ਗੱਲ ਮੰਨਾਂਗੇ ਜੋ ਗੁਰਬਾਣੀ ਦੀ ਵਿਚਾਰ ਮੁਤਾਬਕ ਹੈ। ਜਿਵੇਂ ਕਿ ਇੱਕ ਦੋ ਉਦਾਹਰਣਾਂ ਦੇ ਦੇਵਾਂ ਗੱਲ ਸਮਝਣ ਵਾਸਤੇ। ਜਿਸ ਤਰ੍ਹਾਂ ਕਿ ਅੱਜ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ, ਧਿਆਨ ਨਾਲ ਸਮਝਣਾ ਅਤੇ ਮੰਨਣਾ ਇਹ ਗੁਰਮਤ ਹੈ। ਪਰ ਅੱਜ ਗੁਰਬਾਣੀ ਨੂੰ ਸਮਝ ਕੇ ਕਮਾਉਣ ਦੀ ਗੱਲ ਮੁੱਕਦੀ ਜਾਂਦੀ ਹੈ। ਅੱਜ ਗਿਣਤੀ ਦੇ ਪਾਠਾਂ ਤੱਕ ਗੱਲ ਆਉਂਦੀ ਜਾਂਦੀ ਹੈ। ਪੁੱਛੋ ਭਾਈ, ਗਿਣਤੀ ਦੇ ਪਾਠ ਕਿੱਥੇ ਲਿਖੇ ਹੋਏ ਬਾਣੀ 'ਚ? ਗਿਣਤੀ ਦੀ ਕਾਟ ਤਾਂ ਕੀਤੀ ਹੋਈ ਹੈ ਬਾਣੀ 'ਚ, ਪਰ ਗਿਣਤੀ ਦੇ ਹੱਕ ਦੇ ਵਿੱਚ ਇੱਕ ਵੀ ਪ੍ਰਮਾਣ ਬਾਣੀ 'ਚ ਹੈ ਕਿਸੇ ਕੋਲ? ਕਾਟ ਦੇ ਵਚਨ ਹੈ, ਜਿਵੇਂ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਜਿਹੜਾ ਬੱਧਾ ਚੱਟੀ ਹੈ, ਗਿਣਤੀ ਪੂਰੀ ਕਰਨੀ, ਗਿਣ ਕੇ ਟੈਕਸ ਭਰਨ ਦਾ ਭਾਵ, ਕਹਿੰਦੇ ਇਹਦਾ ਨਾ ਕੋਈ ਗੁਣ ਹੁੰਦਾ ਨਾ ਕੋਈ ਭਲਾ ਹੁੰਦਾ। ਅਤੇ ਅੱਜ ਕੀ ਚੱਲਦਾ? 300 ਸਾਲਾਂ ਅਸੀਂ ਜੀ 400 ਖੰਡ ਪਾਠਾਂ ਦੇ ਭੋਗ ਪਾਵਾਂਗੇ, ਅਸੀਂ ਜੀ 500 ਖੰਡ ਪਾਠਾਂ ਦੇ ਭੋਗ ਪਾਵਾਂਗੇ, ਅਸੀਂ ਜੀ 1000 ਸਹਿਜ ਪਾਠ ਕਰਤਾ। ਗੁਰਬਾਣੀ ਸਮਝੇ ਤੋਂ, ਗੁਰਬਾਣੀ ਮੰਨੇ ਤੋਂ ਬਿਨਾਂ ਭਾਵੇਂ ਤੁਸੀਂ ਕਰੋੜਾਂ ਪਾਠ ਕਰੀ ਚੱਲੋ, ਕੁਛ ਨਹੀਂ ਪ੍ਰਾਪਤ ਹੋਣਾ। ਨਾ ਹੋਇਆ ਨਾ ਹੋਣਾ ਯਾਦ ਰੱਖਿਓ। ਤਾਂ ਤੇ ਅੱਜ ਕੀ ਹੈ? ਗਿਣਤੀ। ਇਉਂ ਕੋਈ ਨਹੀਂ ਕਹਿੰਦਾ ਵੀ ਗੁਰਬਾਣੀ ਨੂੰ ਸਮਝੋ ਅਤੇ ਗੁਰਬਾਣੀ ਦੀ ਗੱਲ ਨੂੰ ਮੰਨੋ। ਇਹ ਤਾਂ ਗੁਰੂ ਜੀ ਮਤ ਦਿੰਦੇ ਨੇ ਨਾ, ਕੀ ਦਿੰਦੇ ਨੇ? ਕਹਿੰਦੇ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣ। ਅੰਨੇ ਵਾ ਪੜ੍ਹਨ ਦੇ ਨਾਲ ਤਾਂ ਨਹੀਂ ਗੱਲ ਬਣਦੀ, ਪੜ੍ਹਨਾ ਸਿੱਖਣਾ, ਇਹ 'ਚ ਕੋਈ ਸ਼ੱਕ ਨਹੀਂ। ਸੰਥਿਆ ਕਰਨੀ ਹੈ ਤਾਂ ਪਹਿਲੀ ਪੌੜੀ ਹੈ, ਬਾਣੀ ਨੂੰ ਪੜ੍ਹਨਾ ਸਿੱਖਣਾ। ਪਰ ਪੜ੍ਹਨ ਦੇ ਨਾਲ ਤਾਂ ਗੱਲ ਨਹੀਂ ਬਣਦੀ ਵੀ ਪੜ੍ਹਿਆ ਨਾ ਹੀ, ਬਾਣੀ 'ਚ ਹੀ ਲਿਖਿਆ ਨਾ ਭੇਦ ਬੁੱਝਿਆ ਪਾਵਣ। ਅਤੇ ਹੁਣ ਇਹ ਕਿਉਂ ਕਹਿਣਾ ਪੈਂਦਾ? ਇੱਕ ਥਾਂ 'ਤੇ ਮੈਨੂੰ ਇੱਕ ਕਹਿਣ ਲੱਗਿਆ, ਮੈਂ ਮਾਹੌਲੀ ਦੇ ਦੁਆਰਾਂ 'ਚ ਵੀ ਦੱਸੀ ਸੀ ਇਹ ਗੱਲ ਹੋਣੀ, ਚਲੋ ਸੰਗਤਾਂ ਇੱਥੇ ਤਾਂ ਨਵੀਂ ਹੈ। ਇੱਕ ਮੈਨੂੰ ਗੁਰਸਿੱਖ ਕਹਿਣ ਲੱਗਿਆ, ਭਾਈ ਸਾਹਿਬ ਤੁਸੀਂ ਇਹ ਉਹਨਾਂ ਕਿਹਾ ਕਰੋ ਵੀ ਇਕੱਲਾ ਪੜ੍ਹ ਕੇ ਕੁਛ ਨਹੀਂ ਬਣਦਾ। ਮੈਂ ਕਿਹਾ ਨਹੀਂ, ਇਹ ਗਤੀ ਦੇਣ ਵਾਸਤੇ ਜ਼ਰੂਰੀ ਹੈ, ਬਾਣੀ 'ਚ ਵੀ ਲਿਖਿਆ। ਪਹਿਲਾਂ ਤਾਂ ਇਹ ਕਹਿਣ ਅਸੀਂ ਇਹ ਕਹਿੰਦੇ ਹਾਂ ਵੀ ਸੰਥਿਆ ਕਰੋ, ਪੜ੍ਹਨ ਤਾਂ ਸਿੱਖਣਾ ਬਾਣੀ, ਜੇ ਪੜ੍ਹਨ ਸਿੱਖਾਂਗੇ ਤਾਂ ਸਮਝਾਂਗੇ, ਪੜ੍ਹਨਾ ਤਾਂ ਪਹਿਲੀ ਪੌੜੀ ਹੈ ਵੀ ਗੁਰਬਾਣੀ ਸੰਥਿਆ ਕਰੋ, ਗੁਰਬਾਣੀ ਨੂੰ ਪੜ੍ਹਨ ਸਿੱਖੋ। ਪਰ ਇਹ ਕਿਉਂ ਕਹਿਣਾ ਪੈਂਦਾ ਵੀ ਇਕੱਲਾ ਪੜ੍ਹਨ ਦੇ ਨਾਲ ਗੱਲ ਨਹੀਂ ਬਣਦੀ, ਗਤੀ ਦੇਣ ਵਾਸਤੇ? ਜਿਵੇਂ ਦ੍ਰਿਸ਼ਟਾਂਤ ਦੇ ਦਿਆਂ ਸਾਨੂੰ ਉਹਦੀ ਗੱਲ ਸਮਝ ਆ ਜਾਵੇ, ਜੋ ਦ੍ਰਿਸ਼ਟਾਂਤ ਦੇ ਦਈਏ ਨਾ, ਫਿਰ ਨਾਲ ਦੀ ਨਾਲ ਗੱਲ ਸਮਝ ਆ ਜਾਂਦੀ ਹੈ। ਹੁਣ ਕੋਈ ਬੱਚਾ ਹੈ, ਉਹਨੂੰ ਆਪਾਂ ਪਹਿਲਿਆਂ ਦੇ ਵਿੱਚ ਤਾਂ ਇਹੀ ਕਹਿੰਦੇ ਹਾਂ ਵੀ ਤੂੰ ਊੜਾੜਾ ਸਿੱਖ, ਜੇ ਊੜਾੜਾ ਸਿੱਖ ਗਿਆ ਨਾ ਬਸ ਤੂੰ ਪੰਜਾਬੀ ਪੜ੍ਹਨ ਲੱਗ ਗਿਆ। ਪਹਿਲਾਂ ਇਹੀ ਕਹਾਂਗੇ, ਕੋਈ ਸ਼ੱਕ ਨਹੀਂ
ਵੀ ਜੇ ਤੂੰ ਊੜਾੜਾ ਸਿੱਖ ਗਿਆ ਤਾਂ ਸਮਝ ਲੈ ਪੰਜਾਬੀ ਪੜ੍ਹਨਾ ਸਿੱਖ ਗਿਆ, ਹੌਸਲਾ ਵੀ ਦੇਵਾਂਗੇ। ਪਰ ਜਦੋਂ ਉਹ ਸਿੱਖ ਗਿਆ ਊੜਾੜਾ ਫਿਰ ਕੀ ਕਹਿਣਾ ਪਊਗਾ? ਫਿਰ ਤਾਂ ਕਹਿਣਾ ਹੀ ਪਊਗਾ ਵੀ ਊੜਾੜਾ ਸਿੱਖਣ ਨਾਲ ਕੁਛ ਨਹੀਂ ਹੁੰਦਾ ਜੇ ਤੂੰ ਭਲਾਵੇਂ ਅੱਖਰ ਨਾ ਸਿੱਖਿਆ। ਬੋਲੋ ਸਤਨਾਮ, ਬੋਲੋ ਕੀ ਇਹ ਕਹਿਣਾ ਮਾੜੀ ਗੱਲ ਹੈ? ਊੜਾੜਾ ਸਿੱਖਣ ਨਾਲ ਤਾਂ ਕੁਛ ਵੀ ਨਹੀਂ ਹੁੰਦਾ। ਕਦੋਂ? ਜਦੋਂ ਸਿੱਖ ਗਿਆ। ਪਹਿਲਾਂ ਤਾਂ ਆਪਾਂ ਕਹਿੰਦੇ ਸੰਥਿਆ ਕਰੋ, ਬਾਣੀ ਪੜ੍ਹੋ, ਪਰ ਜਿਹੜੇ ਪੜ੍ਹਦੇ ਉਹਨਾਂ ਨੂੰ ਕਹਿਣਾ ਪੈਂਦਾ ਵੀ ਪੜ੍ਹਨ 'ਤੇ ਨਾ ਰੁਕ ਜਾਇਓ, ਹੁਣ ਗਾਹਾਂ ਵਾਲੀ ਪੌੜੀ ਚੜ੍ਹੋ। ਹੁਣ ਜੇ ਬੱਚੇ ਨੂੰ ਇਹ ਕਹਿ ਦਿੱਤਾ ਆਪਾਂ ਵੀ ਪਹਿਲਾਂ ਊੜਾੜਾ ਪੜ੍ਹਾਤਾ ਸਿੱਖ ਗਿਆ, ਫਿਰ ਉਹਨੂੰ ਗਤੀ ਦੇਣ ਵਾਸਤੇ ਕਹਿਣਾ ਪੈਣਾ? ਊੜਾੜਾ ਸਿੱਖਣ ਨਾਲ ਕੁਛ ਨਹੀਂ ਹੁੰਦਾ ਜੇ ਤੂੰ ਭਲਾਵੇਂ ਅੱਖਰ ਨਾਲ ਸਿੱਖਿਆ। ਹੁਣ ਜੇ ਕਹਿ ਦਿੱਤਾ ਊੜਾੜਾ ਸਿੱਖਣ ਨਾਲ ਕੁਛ ਨਹੀਂ ਹੁੰਦਾ, ਕੀ ਇੰਨਾ ਕਹਿ ਕੇ ਊੜਾੜਾ ਭੁੱਲ ਜੂ? ਉਹ ਖਤਰਾ ਕਾਹਦਾ? ਦੱਸੋ ਮੈਨੂੰ, ਕੀ ਭੁੱਲ ਜੂ ਊੜਾੜਾ? ਉਹ ਨਹੀਂ ਸਿੱਖ ਗਿਆ, ਉਹ ਉਹਨੂੰ ਗਤੀ ਦੇਣੀ ਹੈ। ਫਿਰ ਉਹਨੂੰ ਕੀ ਕਹਿ ਦਿੱਤਾ? ਲੈ ਵੀ ਜੇ ਤੂੰ ਭਲਾਵੇਂ ਅੱਖਰ ਸਿੱਖ ਗਿਆ ਨਾ, ਫਿਰ ਅਗਲੀ ਪੌੜੀ 'ਤੇ ਚੜ੍ਹਨ ਦਾ ਹੌਸਲਾ ਦੇਣਾ ਪੈਂਦਾ। ਲੈ ਵੀ ਜੇ ਤੂੰ ਭਲਾਵੇਂ ਅੱਖਰ ਸਿੱਖ ਗਿਆ ਨਾ, ਫਿਰ ਸਿੱਖ ਗਿਆ ਪੰਜਾਬੀ, ਫਿਰ ਲੱਗਿਆ ਮਿਹਨਤ ਕਰਨ ਬੱਚਾ, ਭਲਾਵੇਂ ਅੱਖਰ ਸਿੱਖ ਗਿਆ। ਵੀ ਜਿਹੜਾ ਵੀ ਅੱਖਰ ਪਾਓ ਉਹਦੀ ਬੁੱਝ ਦਿੰਦਾ ਵੀ ਕੱਕਾ ਪਾਤਾ, ਟਹਿਕਾ ਪਾਤਾ, ਚੱਚਾ ਪਾਤਾ, ਜਾਂ ਜਿਹਨੂੰ ਪਾਉਣ ਵਾਸਤੇ ਕਿਹਾ ਜਾਂ ਅੱਖਰ ਪਾ ਫੱਟਦੇ ਨੇ ਪਾ ਦਿੰਦਾ, ਸਿੱਖ ਗਿਆ ਨਾ ਬਈ। ਹੁਣ ਭਲਾਵੇਂ ਅੱਖਰ ਸਿੱਖ ਗਿਆ, ਫਿਰ ਗਤੀ ਦੇਣੀ ਪਈ, ਕਿਉਂਕਿ ਹੁਣ ਇੱਥੇ ਨਾ ਰੁਕ ਜਾਏ, ਕਿਤੇ ਕਿਤੇ ਐਵੇਂ ਨਾ ਖੰਭ ਮਾਰਦਾ ਫਿਰ ਮੈਂ ਭਲਾਵੇਂ ਅੱਖਰ ਜਾਣਦਾ। ਉਹਨੂੰ ਗਤੀ ਦੇਣ ਵਾਸਤੇ ਪਤਾ ਕੀ ਕਹਿਣਾ ਪਿਆ? ਭਲਾਵੇਂ ਅੱਖਰ ਸਿੱਖਣ ਨਾਲ ਕੁਛ ਵੀ ਨਹੀਂ ਹੁੰਦਾ ਜੇ ਤੂੰ ਮਹਾਰ ਨਹੀਂ ਨਾ ਸਿੱਖਿਆ। ਬੋਲੋ ਸਤਨਾਮ, ਗਤੀ ਦੇਣੀ ਪਊ ਨਾ। ਕੀ ਕਹਿਣਾ ਪਊ? ਭਲਾਵੇਂ ਅੱਖਰ ਸਿੱਖਣ ਨਾਲ ਕੁਛ ਨਹੀਂ ਹੁੰਦਾ ਜੇ ਤੂੰ ਮਹਾਰ ਨਹੀਂ ਨਾ ਸਿੱਖਿਆ। ਮਹਾਰ ਨਹੀਂ ਸਿੱਖਾ ਦੇ ਫਿਰ ਸਿਖਾਉਣੇ ਨਾ ਆਪਾਂ, ਇਹ ਐ ਓ ਔ ਅੰ ਸਾਰਾ ਸਿਖਾਉਣੇ ਨਾ, ਗੱਲ ਮੁੱਕ ਗਈ। ਕਹਿਣ ਦਾ ਭਾਵ ਇਹ ਗਤੀ ਹੈ ਨਾ, ਇਹਨੂੰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗਤੀ ਦੇਣ ਵਾਸਤੇ ਚੋਟ ਮਾਰਨੀ ਪੈਂਦੀ ਹੈ ਵੀ ਇੱਥੇ ਖੜਕੀ ਕੁਛ ਨਹੀਂ ਹੁੰਦਾ ਗਾਹਾਂ ਚੱਲ, ਊੜਾੜਾ ਸਿੱਖੇ ਕੁਛ ਨਹੀਂ ਹੁੰਦਾ, ਭਲਾਵੇਂ ਅੱਖਰ ਸਿੱਖ ਇਸ ਪੌੜੀ ਤੋਂ ਫਿਰ ਅਗਲੀ ਗਤੀ ਇਹਦੇ ਨਾਲ ਕੁਛ ਨਹੀਂ ਹੁੰਦਾ, ਅੱਗੇ ਚੱਲ ਮਹਾਰ ਨਹੀਂ ਸਿੱਖ। ਭਾਵ ਇੰਜ ਗਤੀ ਦੇਣ ਵਾਸਤੇ ਕਹਿਣਾ ਪੈਂਦਾ ਭਾਈ, ਇਕੱਲਾ ਪੜ੍ਹ ਕੇ ਗੱਲ ਨਹੀਂ ਬਣਨੀ, ਬਾਣੀ ਨੂੰ ਸਮਝ। ਬੋਲੋ ਸਤਨਾਮ, ਜੇ ਗਤੀ ਦਿੰਦੇ ਰਹਿੰਦੇ ਤਾਂ ਅੱਜ ਹਾਲ ਨਾ ਹੁੰਦਾ ਸਾਡਾ, ਸਾਰੀ ਉਮਰ ਕਈਆਂ ਨੂੰ ਬਾਣੀ ਪੜ੍ਹਦੇ ਲੰਘ ਜਾਂਦੀ ਹੈ, ਪਰ ਸਾਰੀ ਉਮਰ ਦੇ ਵਿੱਚ ਜਪਜੀ ਸਾਹਿਬ ਦਾ ਨਹੀਂ ਪਤਾ ਵੀ ਕੀ ਸਿੱਖਿਆ ਦਿੰਦੀ ਹੈ। ਸਾਰੀ ਉਮਰ ਸਾਨੂੰ ਆਸਾ ਦੀ ਵਾਰ ਲਾਉਂਦਿਆਂ ਲੰਘ ਜਾਂਦੀ ਹੈ, ਕਿਸੇ ਨੂੰ ਪੁੱਛ ਕੇ ਵੇਖਿਓ ਆਸਾ ਦੀ ਵਾਰ ਦੇ ਇੱਕ ਸਲੋਕ ਦੇ ਅਰਥ ਵੀ ਨਹੀਂ ਆਉਂਦੇ, ਕੋਈ ਪਤਾ ਨਹੀਂ। ਕਿਉਂ? ਕਿਉਂਕਿ ਪੜ੍ਹਨ 'ਤੇ ਰੁਕ ਗਏ, ਪੜ੍ਹਨ 'ਤੇ ਰੁਕ ਗਏ, ਬ੍ਰੇਕ ਲੱਗ ਗਈ ਸਾਡੇ ਇੱਥੇ, ਜਿਸ ਕਰਕੇ ਅੱਜ ਦੇ ਸਿੱਖਾਂ ਨੂੰ ਗੁਰਬਾਣੀ ਦੀ ਵਿਚਾਰ ਦਾ ਪਤਾ ਨਹੀਂ, ਪਤਾ ਨਹੀਂ ਅੱਜ ਸਾਨੂੰ। ਤਾਂ ਤੇ ਪਤਾ ਕਿਵੇਂ ਲੱਗੂ? ਬਾਣੀ ਵੀ ਦੱਸਦਾ ਪੜ੍ਹਿਆ ਨਾ ਹੀ, ਇਹ ਪੜ੍ਹ ਕੇ ਤਾਂ ਨਹੀਂ ਪਤਾ ਲੱਗਦਾ। ਹੁਣ ਗੁਰਬਾਣੀ 'ਚ ਪੰਗਤੀ ਲਿਖੀ ਹੈ ਕਿ ਮੈਂ ਕੋਲੋਂ ਬਣਾ ਲਈ? ਦੱਸੋ ਮੈਨੂੰ, ਪੜ੍ਹਿਆ ਨਾਹੀਂ, ਭੇਦ ਬੁੱਝਿਆ ਪਾਵਣਾ, ਬੁੱਝ ਕੇ ਪਤਾ ਲੱਗਦਾ ਹੈ ਭੇਦ। ਜਦੋਂ ਅਸੀਂ ਗੁਰੂ ਬਾਣੀ ਨੂੰ ਸਮਝਦੇ ਹਾਂ ਫਿਰ ਪਤਾ ਲੱਗਦਾ ਹੈ ਵੀ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਕੀ ਅਸੀਂ ਕਰਨਾ, ਕੀ ਨਹੀਂ ਕਰਨਾ। ਤੇ ਅੱਜ ਅੰਨੇਵਾਹ ਗਿਣਤੀਆਂ ਪੂਰੀਆਂ ਕਰਨ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਹ ਤਾਂ ਕਿਹਾ ਜਾ ਸਕਦਾ ਬਾਣੀ ਸਿੱਖੋ, ਪੜ੍ਹ ਲਈ, ਪੜ੍ਹ ਕੇ ਹੁਣ ਬਾਣੀ ਨੂੰ ਸਮਝੋ, ਸਮਝ ਕੇ ਮੰਨੋ ਥਾਂ ਥਾਂ। ਇਹ ਪੰਕਤੀ ਆਪਾਂ ਪਹਿਲਾਂ ਵੀ ਪੜ੍ਹੀ ਹੈ, ਫਿਰ ਪੜ੍ਹ ਲਓ। ਹਾਓ ਵਾਰੀ ਜੀਓ ਵਾਰੀ, ਪੜ੍ਹ ਬੁੱਝ ਮਨ ਵਸਾਵਣਿਆ। ਤਿੰਨ ਵਾਰ ਤਿੰਨ ਬਚਨ ਕਿਹਾ ਨੇ ਨਾ ਵੀ ਪੜ੍ਹ, ਪੜ੍ਹੋ, ਸੰਥਿਆ ਕਰੋ। ਅੱਜ ਤਾਂ ਇੱਥੇ ਫੇਲ ਹੈ ਕਈ ਤਾਂ, ਕਿੰਨੇ ਕੁ ਸਿੱਖ ਹੈ ਜਿਹੜੇ ਬਾਣੀ ਪੜ੍ਹਨ ਜਾਣਦੇ? ਬਹੁਤ ਘੱਟ, ਕਿਉਂਕਿ ਅੱਜ ਗੁਰਬਾਣੀ ਪੜ੍ਹਨਾ ਤਾਂ ਭਾਈਆਂ ਦਾ ਕੰਮ ਹੀ ਰਹਿ ਗਿਆ ਨਾ। ਜੇ ਕਿਸੇ ਨੂੰ ਕਹੋ ਭਾਈ ਬਾਣੀ ਪੜ੍ਹਨ ਸਿੱਖੋ, ਕਹਿੰਦੇ ਲੈ ਅਸੀਂ ਕੀ ਜੀ ਕਿਸੇ ਗੁਰਦੁਆਰੇ ਦੇ ਭਾਈ ਬਣਨਾ, ਅਸੀਂ ਕੋਈ ਗਿਆਨੀ ਬਣਨਾ? ਇਹ ਤਾਂ ਬਾਣੀ ਪੜ੍ਹਨਾ ਤਾਂ ਭਾਈਆਂ ਦਾ ਕੰਮ ਹੈ। ਕਹਿੰਦੇ ਜਦੋਂ ਕੋਈ ਵਿਆਹ ਸ਼ਾਦੀ ਆ ਗਿਆ ਭਾਈ ਤੋਂ ਪਾਠ ਕਰਾ ਲਾਂਗੇ, ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਉਦੋਂ ਪਾਠ ਕਰਾ ਲਾਂਗੇ, ਤਾਂ ਭਾਈਆਂ ਦਾ ਕੰਮ ਹੈਗਾ, ਭਾਈ ਹੈਗੇ ਨੇ, ਅਸੀਂ ਬਾਣੀ ਕਾਹਦੇ ਵਾਸਤੇ ਪੜ੍ਹਨੀ ਹੈ? ਜਿਸ ਕਰਕੇ ਅੱਜ ਦਾ ਸਿੱਖ ਪਹਿਲੀ ਪੌੜੀ 'ਤੇ ਫੇਲ ਹੋ ਗਿਆ। ਪਰ ਬਾਣੀ ਕੀ ਕਹਿੰਦੀ ਹੈ? ਪੜ੍ਹ, ਪੜ੍ਹ ਕੇ ਸਮਝ, ਪੜ੍ਹ ਬੁੱਝ, ਫਿਰ ਅਗਲੀ ਪੌੜੀ ਆ ਗਈ। ਫਿਰ ਜੋ ਗੁਰਬਾਣੀ 'ਚੋਂ ਸਮਝਿਆ ਉਹਨੂੰ ਮੰਨ, ਵੀ ਜਿਹਨਾਂ ਕੰਮਾਂ ਤੋਂ ਰੋਕਿਆ ਜਾ ਰਿਹਾ ਗੁਰਬਾਣੀ ਦੇ ਵਿੱਚੋਂ ਛੱਡੋ, ਅਤੇ ਜੋ ਕਰਨ ਵਾਸਤੇ ਕਿਹਾ ਜਾ ਰਿਹਾ ਉਹ ਕਰੋ। ਮੰਨਣ ਦਾ ਅਰਥ, ਇਹ ਤਿੰਨ ਸਟੈਪ ਦਿੱਤੇ ਨੇ ਨਾ, ਪਿਛਲੇ ਦੁਬਾਨਾਂ 'ਚ ਵੀ ਦੱਸਿਆ ਸੀ, ਹਰ ਦੁਬਾਨਾਂ 'ਤੇ ਵਾਰ ਵਾਰ ਗੱਲ ਕਹਿਣੀ ਪੈਂਦੀ ਹੈ ਤਾਂ ਕਿ ਸਾਨੂੰ ਗੱਲ ਸਮਝ ਆ ਜਾਵੇ। ਪੜ੍ਹ ਬੁੱਝ ਮੰਨ ਦੀ ਗੱਲ ਹੈ ਬਾਣੀ ਦੇ ਵਿੱਚ, ਅੱਜ ਪੜ੍ਹਨ ਦੀ ਗੱਲ ਵੀ ਮੁੱਕ ਗਈ, ਗੁਰਬਾਣੀ ਨੂੰ ਸਮਝਣ ਦੀ ਗੱਲ ਵੀ ਮੁੱਕ ਗਈ, ਅਤੇ ਮੰਨਣ ਦੀ ਗੱਲ ਵੀ ਮੁੱਕ ਗਈ। ਅੱਜ ਤਾਂ ਅੰਨੇਵਾਹ ਗਿਣਤੀ ਦੇ ਪਾਠ ਰਹਿ ਗਏ, ਅਸੀਂ ਇੰਨੇ ਹਜ਼ਾਰ ਪਾਠ ਕਰਤੇ, ਅਸੀਂ ਇੰਨੇ ਅਖੰਡ ਪਾਠ ਕਰਤੇ, ਅਸੀਂ ਇੱਧਰ ਟੱਪ ਗਏ, ਉੱਧਰ ਟੱਪ ਗਏ। ਜਦਕਿ ਬਾਣੀ 'ਚ ਕੀ ਲਿਖਿਆ? ਜਿਹੜਾ ਵੱਧਾ ਚੱਕੀ ਗਿਣਤੀਆਂ ਪੂਰੀਆਂ ਕਰਨੀਆਂ, ਵੱਧਾ ਚੱਕੀ ਜੋ ਭਰੇ ਨਾ ਗੁਣ ਨਾ ਉਪਕਾਰ।
ਨਾ ਗੁਣ ਹੁੰਦਾ ਨਾ ਭਲਾ ਹੁੰਦਾ। ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਉਹੀ ਕੰਮ ਸ੍ਰੇਸ਼ਟ ਹੁੰਦਾ ਜਿਹੜਾ ਖੁਸ਼ੀ ਚਾ ਪਿਆਰ ਦੇ ਨਾਲ ਕੀਤਾ ਜਾਵੇ। ਕਿਤੇ ਇੱਕ ਪ੍ਰਮਾਣ ਹੋਰ ਲੈ ਲਓ, ਮਨ ਸਮਝਾਵਣ ਕਾਰਨੇ ਕਸ਼ੋਕ ਪੜ੍ਹੀਆ ਗਿਆਨ। ਕਹਿੰਦੇ ਮਨ ਨੂੰ ਸਮਝਾਉਣ ਵਾਸਤੇ ਭਾਵੇਂ ਥੋੜਾ ਕੁ ਗਿਆਨ ਪੜ੍ਹ ਲਿਆ ਕਰੋ, ਪਰ ਪੜ੍ਹੋ ਚਾਰ ਨਾਲ ਪਿਆਰ ਨਾਲ, ਸਮਝੋ ਗੱਲ ਨੂੰ ਕੀ ਕਿਹਾ ਜਾ ਰਿਹਾ। ਫਿਰ ਯਾਦ ਰੱਖੋ, ਮਨ ਸਮਝਾਵਣ ਕਾਰਨੇ ਕਸ਼ੋਕ ਪੜ੍ਹੀਆ ਗਿਆਨ। ਹੋਰ ਪ੍ਰਮਾਣ ਲੈ ਲਓ, ਗਣਤਾ ਪ੍ਰਭੂ ਨਾ ਪਾਈਐ ਅਗਣਤ ਸਾਚਾ ਸੋਏ। ਉਹ ਗਿਣਤੀਆਂ ਨਾਲ ਨਹੀਂ ਮਿਲਦਾ, ਉਹ ਤਾਂ ਗਿਣਤੀ ਤੋਂ ਪਰੇ ਹੈ। ਬੋਲੋ ਸਤਨਾਮ। ਪ੍ਰਮਾਣ ਦੇ ਤੇ ਨਾ, ਹੁਣ ਗਿਣਤੀ ਦੇ ਹੱਕ ਚ ਪ੍ਰਮਾਣ ਹੈ ਕਿਸੇ ਬਾਬੇ ਕੋਲੇ? ਲਿਓ ਜਾਂ ਦਿਓ ਬਈ, ਸੋਚੋ ਜਰਾ। ਅੰਨੇ ਵਾਹ ਗਿਣਤੀ ਪਾਠਾਂ ਚ ਪਾਉਣ ਦੀ ਬਾਬਿਆਂ ਦੀ ਨੀਤੀ ਕੀ ਹੈ? ਤਾਂ ਕਿ ਤੁਹਾਨੂੰ ਗੁਰਬਾਣੀ ਦਾ ਗਿਆਨ ਨਾ ਆ ਜਾਵੇ ਕਿਤੇ। ਜੇ ਤੁਹਾਨੂੰ ਗੁਰਬਾਣੀ ਦਾ ਗਿਆਨ ਆ ਗਿਆ, ਸਾਡੀਆਂ ਗੱਡੀਆਂ ਨੂੰ ਧੱਕੇ ਕਿਹਨੇ ਲਾਉਣੇ ਹੈ? ਸਾਨੂੰ ਅੰਦਰ ਗਦੈਲਿਆਂ ਤੇ ਬੈਠੇ ਨੂੰ ਮੱਥੇ ਕਿਹਨੇ ਟੇਕਣੇ ਹੈ? ਸਾਡੇ ਖੁਰਡੇ ਕਿਹਨੇ ਪੂਜਣੇ ਹੈ? ਜੇ ਤੁਸੀਂ ਅੰਨੇ ਰਹੋਗੇ ਤਾਂ ਅਸੀਂ ਤਾਂ ਹੀ ਅੰਨਿਆਂ ਚ ਕਾਣੇ ਰਾਜੇ ਰਹਾਂਗੇ। ਬੋਲੋ ਸਤਨਾਮ। ਇਸ ਕਰਕੇ ਨੀਤੀ ਹੈ ਬਾਬਿਆਂ ਦੀ, ਪੋਲਸੀ ਹੈ ਬਾਬਿਆਂ ਦੀ, ਪੋਲਸੀ ਹੈ। ਸੋਚੋ ਜਰਾ, ਜਿਸ ਕਰਕੇ ਨਾ ਨੀਤੀਆਂ ਨੂੰ ਸਮਝੋ, ਪੋਲਸੀਆਂ ਨੂੰ ਸਮਝੋ। ਤਾਂ ਤੇ ਯਾਦ ਰੱਖੋ, ਗੁਰਬਾਣੀ ਨੂੰ ਪੜ੍ਹੋ, ਜਮ ਜਮ ਪੜ੍ਹੋ, ਪਿਆਰ ਨਾਲ ਪੜ੍ਹੋ, ਜਿੰਨੀ ਮਰਜ਼ੀ ਪੜ੍ਹੋ, ਪਰ ਪੜ੍ਹੋ ਪਿਆਰ ਨਾਲ। ਇਹ ਨਹੀਂ ਵੀ ਟਾਰਗੇਟ ਮੱਠ ਕੇ ਵੀ ਇੰਨੀਆਂ ਗਿਣਤੀਆਂ ਪੂਰੀਆਂ ਕਰਨੀਆਂ, ਮੈਂ ਵੱਧਾ ਚੱਟੀ ਬਣ ਗਈ ਨਾਲ ਦੀ ਨਾਲ, ਫਿਰ ਤਾਂ ਗਿਣਤੀ ਪੂਰੀ ਕਰਨੀ ਹੈ ਬਸ, ਇੰਨੀ ਗਿਣਤੀ। ਸੋ ਅੰਨੇ ਵਾਹ ਗਿਣਤੀਆਂ ਪੂਰੀਆਂ ਕਰਨੀਆਂ ਗੁਰਮਤ ਨਹੀਂ, ਯਾਦ ਰੱਖਿਓ। ਗੁਰਮਤ ਕੀ ਹੈ? ਪੜ੍ਹਨਾ, ਸਮਝਣਾ, ਮੰਨਣਾ, ਇਹ ਗੁਰਮਤ ਹੈ। ਫਿਰ ਅਗਲਾ ਪੁਆਇੰਟ, ਗੁਰਬਾਣੀ ਕਿਸੇ ਖਾਸ ਦਿਸ਼ਾ ਵੱਲ ਮੂੰਹ ਕਰਕੇ ਪੜ੍ਹਨ ਦੀ ਗੱਲ ਕਿਤੇ ਗੁਰਬਾਣੀ 'ਚ ਲਿਖੀ ਹੈ? ਕਿਤੇ ਨਹੀਂ ਲਿਖੀ ਹੋਣੀ। ਅਤੇ ਅੱਜ ਤੁਸੀਂ ਜੀ ਫਲਾਨਾ ਸ਼ਬਦ ਫਲਾਨੇ ਮੂੰਹ ਪਾਸੇ ਨੂੰ ਮੂੰਹ ਕਰਕੇ ਕਰ ਲਓ, ਉੱਤਰ ਪਾਸੇ ਮੂੰਹ ਕਰ ਲਓ, ਦੱਖਣ ਵਾਲੇ ਪਾਸੇ, ਪੂਰਬ ਵਾਲੇ ਪਾਸੇ, ਪੱਛਮ ਦਿਸ਼ਾਵਾਂ ਦੇ ਵਿੱਚ ਤਾਂ ਪਹਿਲਾਂ ਹੀ ਦੁਨੀਆਂ ਬਥੇਰੀ ਉਲਝੀ ਹੋਈ ਸੀ। ਕਾਹੂ ਲਖਿਓ ਹਰ ਅਵਾਚੀ ਦਸਾਂ ਮੈਂ ਕਾਹੂ ਪਛਾਹ ਕਹੋ ਸੀਸਨ ਵਾਜ, ਤਾਂ ਪਹਿਲੀ ਬਥੇਰੀ ਉਲਝੀ ਹੋਈ ਸੀ ਦੁਨੀਆ। ਕੋਈ ਕਹਿੰਦਾ ਸੀ ਅੱਲਾ ਜਾਣੀ ਕਿ ਇੱਧਰ ਪੱਛਮ ਦੇ ਵਿੱਚ ਰਹਿੰਦਾ, ਇੱਧਰ ਮੱਕਾ। ਕੋਈ ਕਹਿੰਦਾ ਸੀ ਜੀ ਹਰੀ ਤਾਂ ਪਰਮੇਸ਼ਰ ਤਾਂ ਦੱਖਣ ਦੁਆਰਕਾਪੁਰੀ ਦੇ ਵਿੱਚ ਰਹਿੰਦਾ ਹੈ। ਇਹ ਤਾਂ ਪਹਿਲੀ ਦੁਨੀਆਂ ਦਿਸ਼ਾਵਾਂ 'ਚ ਬੜੀ ਉਲਝੀ ਹੋਈ ਸੀ। ਗੁਰੂ ਜੀ ਕਹਿੰਦੇ ਨਹੀਂ, ਉਹ ਤਾਂ ਹਰ ਵੇਲੇ ਹਰ ਥਾਂ ਸਰਵ ਵਿਆਪਕ ਹੈ। ਕੋਈ ਐਸੀ ਦਿਸ਼ਾ ਨਹੀਂ ਜਿੱਧਰ ਵੱਲ ਪਰਮਾਤਮਾ ਨਾ ਹੋਵੇ। ਜਿਸ ਕਰਕੇ ਗੁਰਬਾਣੀ ਨੂੰ ਪਾਠ ਕਰਨ ਵਾਲ ਵੇਲੇ ਕਿਸੇ ਖਾਸ ਪਾਸੇ ਵੱਲ ਮੂੰਹ ਕਰਨਾ ਕੀ ਹੈ? ਇੱਕ ਵਹਿਮ ਭਰਮ ਪਖੰਡ ਹੈ। ਇਹ ਜੀ ਫਲਾਨੇ ਪਾਸੇ ਨੂੰ ਮੂੰਹ ਕਰ ਲਓ, ਅੱਜ ਨੂੰ ਮੂੰਹ ਕਰ ਲਓ, ਤਾਂ ਤੇ ਸਾਡੇ ਵਿੱਚ ਆ ਗਿਆ ਨਾ, ਗੁਰਬਾਣੀ ਵਿੱਚੋਂ ਦਿਸ਼ਾ ਦਾ ਪ੍ਰਮਾਣ ਦਿਓ। ਕਿਤੇ ਲਿਖਿਆ ਗੁਰਬਾਣੀ 'ਚ ਦਿਸ਼ਾ ਦਾ ਭਰਮ? ਕਿਤੇ ਨਹੀਂ ਲਿਖਿਆ। ਫੇਰ ਜੀ ਫਲਾਨਾ ਸ਼ਬਦ ਫਲਾਨੇ ਦਿਨ ਤੋਂ ਸ਼ੁਰੂ ਕਰ ਲਓ, ਇਹ ਤਾਂ ਮੂਰਖਾਂ ਦਾ ਕੰਮ ਹੈ। ਲਿਖਿਆ ਨਾ ਬਾਣੀ 'ਚ, ਸਿੱਤੀ ਵਾਰ ਸੇਵੇ ਮੁਕਤਕ ਵਾਰ, ਬਹੁਤ ਵਾਰ ਦੱਸਿਆ। ਜਿਹੜੇ ਕਹਿੰਦੇ ਆਹ ਤਰੀਕ ਚੰਗੀ ਆ ਮਾੜੀ, ਜਿਹੜੇ ਕਹਿੰਦੇ ਆਹ ਦਿਨ ਆ ਚੰਗਾ ਮਾੜਾ, ਕਹਿੰਦੇ ਤਾਂ ਮੂਰਖਾਂ ਦੇ ਕਮਲਿਆਂ ਦਾ ਕੰਮ ਹੁੰਦਾ, ਜਿਹੜੇ ਤਰੀਕਾਂ ਤੇ ਦਿਨਾਂ ਦੇ ਪੁਜਾਰੀ ਹੁੰਦੇ ਆ। ਬੁੱਧ ਸਤਨਾਮ। ਇਹ ਤਾਂ ਕੰਮ ਗੱਲ ਹੀ ਤਾਂ ਮੂਰਖਾਂ ਤੇ ਕਮਲਿਆਂ ਦੀ ਹੈ। ਹੁਣ ਸਾਡੇ ਇੱਥੋਂ ਤੱਕ ਵੀ ਚੱਲ ਪਿਆ, ਕਹਿੰਦੇ ਜੀ ਫਲਾਨੇ ਦਿਨ ਤੋਂ ਫਲਾਨਾ ਸ਼ਬਦ ਫਲਾਨੀ ਦਿਸ਼ਾ ਵੱਲ ਸ਼ੁਰੂ ਕਰਕੇ ਇੰਨੀ ਗਿਣਤੀ 'ਚ ਪੜ੍ਹੋ। ਬਾਣੀ 'ਚ ਕਿੱਥੇ ਲਿਖਿਆ? ਇਹ ਸਾਰਾ ਬਾਹਮਣਵਾਦ ਸਾਡੇ ਵਿੱਚ ਆ ਗਿਆ। ਸੋਚੋ ਜਰਾ, ਜਿਸ ਕਰਕੇ ਇਹਨਾਂ ਗੱਲਾਂ ਨੂੰ ਬਾਣੀ ਤੋਂ ਸਮਝੋ। ਹਰ ਗੱਲ ਦੇ ਵਿੱਚ ਦਾਸ ਨੇ ਬਾਣੀ ਦਾ ਪ੍ਰਮਾਣ ਦਿੱਤਾ ਹੈ। ਇੱਕ ਗੱਲ ਫੇਰ ਵਾਰ ਵਾਰ ਦੁਹਰਾ ਦੇਵਾਂ ਵੀ ਕੋਈ ਗੱਲ ਗੁਰਬਾਣੀ ਦੀ ਕਸਵੱਟੀ ਤੋਂ ਪਰੇ ਹੁੰਦੀ ਹੈ ਤਾਂ ਉਹ ਮੇਰੇ ਨਾਲ ਪ੍ਰਸ਼ਾਦਾ ਛਕਣ ਤੋਂ ਬਾਅਦ ਗੱਲ ਕਰ ਸਕਦਾ ਹੁੰਦਾ, ਇਦੂ ਵੱਧ ਖੁੱਲ੍ਹ ਕੋਈ ਨਹੀਂ ਦੇ ਸਕਦਾ ਹੁੰਦਾ। ਇੰਨੀ ਖੁੱਲ੍ਹ ਦਿੱਤੀ ਹੋਈ ਹੈ ਵੀ ਜਿੰਨੇ ਵੀ ਸਰੋਤੇ ਹੈ ਉਹ ਗੁਰਬਾਣੀ ਦੇ ਆਧਾਰ 'ਤੇ ਮੇਰੇ ਨਾਲ ਵਿਚਾਰ ਕਰਨ ਵਾਸਤੇ ਆਜ਼ਾਦ ਹੈ। ਹਾਂ, ਕਈ ਵਾਰੀ ਸਮੇਂ ਦੀ ਜ਼ਿਆਦਾ ਮਜਬੂਰੀ ਹੁੰਦੀ ਹੈ ਵੀ ਰਾਤ ਦੇ ਦੁਕਾਨਾਂ 'ਤੇ ਪਹੁੰਚਣ, ਉਹ ਕਹਿ ਦਿੱਤਾ ਜਾਂਦਾ ਵੀ ਟਾਈਮ 'ਤੇ ਜਾਂ ਮੋਬਾਈਲ 'ਤੇ ਬਾਅਦ 'ਚ ਗੱਲ ਕਰਾਂਗੇ, ਹੁਣ ਸਾਡੇ ਸਮੇਂ ਦੀ ਮਜਬੂਰੀ ਹੈ, ਰਹੋ ਵਿਚਾਰ। ਤਾਂ ਤੇ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਨੂੰ ਮੰਨੋ, ਕਿਸੇ ਦੀ ਗੱਲ ਨਾ ਮੰਨੋ, ਕਿਸੇ ਬਾਬੇ ਦੀ ਗੱਲ ਨਾ ਮੰਨੋ, ਕਿਸੇ ਯਾਨੀ ਕਿ ਆਪਾਂ ਕਹਿ ਲਓ ਵੀ ਪਖੰਡੀ ਦੀ, ਕਿਸੇ ਦੀ ਗੱਲ ਨਾ ਮੰਨੋ, ਗੱਲ ਖਤਮ ਹੈ। ਨਾ ਮੇਰੀ, ਉਹਦੇ ਵਿੱਚ ਹੀ ਮੈਂ ਆ ਗਿਆ, ਗੱਲ ਸਮਝੋ। ਗੱਲ ਮੰਨੋ ਗੁਰਬਾਣੀ ਦੀ, ਕੋਈ ਵੀ ਗੁਰਬਾਣੀ ਦੀ ਗੱਲ ਦੱਸ ਦੇਵੇ ਪ੍ਰਮਾਣ ਦੇ ਕੇ ਬਾਣੀ ਦੀ, ਉਹਦੇ ਨਾਲ ਭੈਣ ਭਾਈਆਂ ਵਾਲਾ ਪਿਆਰ ਰੱਖੋ। ਥਾਂ ਥਾਂ ਹੀ ਦੱਸਿਆ, ਫਿਰ ਪਕਾ ਲਓ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਕੋਈ ਵੀ ਗੁਰਬਾਣੀ ਰਾਹੀਂ ਮੇਰੇ ਮਾਲਕ, ਮੇਰੇ ਪ੍ਰੀਤਮ, ਮੇਰੇ ਵਾਹਿਗੁਰੂ ਪਰਮੇਸ਼ਰ ਦੀ ਗੱਲ ਸੁਣਾ ਦੇਵੇ, ਕਿਉਂਕਿ ਪ੍ਰਮਾਤਮਾ ਦੀ ਬਾਣੀ ਹੈ ਨਾ, ਧੁਰ ਕੀ ਬਾਣੀ, ਹਰ ਕੀ ਬਾਣੀ, ਸੱਚ ਕੀ ਬਾਣੀ। ਕੋਈ ਵੀ ਗੁਰਬਾਣੀ ਰਾਹੀਂ ਸਾਨੂੰ ਪ੍ਰਮਾਤਮਾ ਦੀ ਗੱਲ ਦੱਸੇ
ਉਹਦੇ ਨਾਲ ਸਾਡਾ ਭੈਣ ਭਾਈਆਂ ਵਾਲਾ ਪਿਆਰ ਹੈ। ਮੇਰੇ ਹਰਪ੍ਰੀਤ ਮਕੀ ਕੋਈ ਬਾਤ ਸੁਣਾਵਾ ਸੋ ਭਾਈ ਸੋ ਮੇਰਾ ਵੀਰ। ਭੈਣਾਂ ਨੇ ਉਹਨੂੰ ਵੀਰ ਸਮਝ ਲੈਣਾ, ਭਾਈਆਂ ਨੇ ਭਾਈ ਸਮਝ ਲੈਣਾ, ਆਪਾਂ ਸਾਰੇ ਭੈਣ ਭਰਾ ਹੈ। ਭੈਣਾਂ ਭਰਾਵਾਂ 'ਚ ਛੋਟਾ ਕੋਈ ਨਹੀਂ ਹੁੰਦਾ, ਜੁੜਨਾ ਗੁਰਬਾਣੀ ਨਾਲ ਹੈ। ਇਹ ਕਿਤੇ ਨਹੀਂ ਲਿਖਿਆ ਵੀ ਤੁਸੀਂ ਗੁਰਬਾਣੀ ਸੁਣਾਉਣ ਵਾਲੀ ਦੀ ਦੇਹ ਨਾਲ ਜੁੜ ਜਾਓ, ਨਾ ਤਾਂ ਦੇਹ ਬਾਤ ਹੈ। ਕਿਤੇ ਲਿਖਿਆ ਤਾਂ ਦੱਸ ਦਿਓ ਮੈਨੂੰ ਜੀ, ਕਿੱਥੇ ਲਿਖਿਆ? ਕੋਈ ਵੀ ਗੁਰਬਾਣੀ ਦੀ ਗੱਲ ਦੱਸੇ ਭੈਣ ਭਾਈਆਂ ਵਾਲਾ, ਉਹਦੇ ਨਾਲ ਰਿਸ਼ਤਾ ਰੱਖੋ। ਹਰ ਗੱਲ ਬਾਣੀ 'ਤੇ ਰਿਸ਼ਤਾ ਪਾ ਦਿੱਤਾ ਨਾ, ਆਪਾਂ ਭੈਣ ਭਰਾ ਸਾਰੇ ਜੁੜਨਾ ਗੁਰਬਾਣੀ ਨਾਲ ਹੈ, ਛੋਟਾ ਵੱਡਾ ਕੋਈ ਨਹੀਂ ਆਪਣੇ ਵਿੱਚ। ਇਹ ਅਲੱਗ ਗੱਲ ਹੈ। ਹੁਣ ਜਿਵੇਂ ਦਾਸ ਦੀ ਸੁਣਾਉਣ 'ਤੇ ਡਿਊਟੀ ਹੈ, ਤੁਸੀਂ ਸੁਣ ਰਹੇ ਹੋ ਅਤੇ ਦਾਸ ਸਟੇਜ 'ਤੇ ਬੈਠ ਕੇ ਸੁਣਾ ਰਿਹਾ। ਸਟੇਜ 'ਤੇ ਕਿਉਂ? ਕਿਉਂਕਿ ਸੁਣਾਉਣ ਵਾਲੇ ਅਤੇ ਸੁਣਨ ਵਾਲੇ ਇੱਕ ਦੂਜੇ ਦੇ ਸਨਮੁੱਖ ਹੋਣੇ ਚਾਹੀਦੇ ਹੈ, ਫਿਰ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਨਾ, ਅਤੇ ਇੱਕ ਗੁਰਬਾਣੀ ਦੇ ਸਤਿਕਾਰ ਵਿੱਚ ਕਹਿ ਲਓ। ਅਤੇ ਜਦੋਂ ਸਮਾਪਤੀ ਹੋ ਜਾਂਦੀ ਹੈ, ਸੁਣਾਉਣ ਵਾਲਾ ਸੁਣਨ ਵਾਲਿਆਂ ਦੇ ਵਿੱਚ ਹੀ ਰਲ ਜਾਂਦਾ, ਕਿ ਉਹ ਸਮਾਪਤੀ ਹੋ ਗਈ। ਜਿਵੇਂ ਕਿ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਛਕਾਉਂਦੇ ਹੈ, ਉਸ ਵੇਲੇ ਚੋਣ ਹੁੰਦੀ ਹੈ ਨਾ, ਭਾਈ ਤੈਨੂੰ ਪੰਜ ਪਿਆਰਿਆਂ ਦੇ ਵਿੱਚ ਲਾਇਆ ਜਾ ਰਿਹਾ ਅੰਮ੍ਰਿਤ ਛਕਣ ਦੀ ਡਿਊਟੀ ਦੇ ਉੱਤੇ, ਪਰਪਾਕਾ ਰਹਿਤ 'ਚ ਨਿਤਨੇ ਸਾਰਾ ਉਹ ਤੁਰਤ ਹੁੰਦੀ ਹੈ ਨਾ, ਦੇਖੋ ਸਧਾਈ ਹੁੰਦੀ ਹੈ ਨਾ, ਚੋਣ ਹੁੰਦੀ ਹੈ ਨਾ। ਫਿਰ ਅੰਮ੍ਰਿਤ ਛਕਾਇਆ ਪੰਜ ਪਿਆਰੇ ਸਿੰਘ ਸਾਹਿਬਾਨ ਨੇ, ਫਿਰ ਸਮਾਪਤੀ ਦੀ ਅਰਦਾਸ ਹੋ ਗਈ। ਅਰਦਾਸ ਸਮਾਪਤੀ ਦੀ ਹੋ ਗਈ, ਪ੍ਰਸ਼ਾਦ ਵਰਤ ਗਿਆ। ਸਾਰਿਆਂ ਤੋਂ ਪਹਿਲਾਂ ਪਤਾ ਕੀ ਹੁੰਦਾ? ਸਾਰਿਆਂ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਆਪਣੇ ਕਮਰੇ 'ਚ ਜਾ ਕੇ, ਜੋ ਦਰਬਾਰ ਸਾਹਿਬ ਦੇ ਨੇੜੇ ਤੋਂ ਨੇੜੇ ਹੈ, ਉੱਥੇ ਜਾ ਕੇ ਪਹਿਲਾਂ ਉਹ ਵਸਤਰ ਬਦਲਨੇ ਆ, ਕਿਉਂਕਿ ਉਹ ਸਪੈਸ਼ਲੀ ਵਸਤਰ ਹੈ। ਈ ਸਪੈਸ਼ਲੀ, ਇੱਕ ਤਾਂ ਸਪੈਸ਼ਲ ਹੁੰਦਾ ਨਾ, ਇਸ ਭਾਵ ਉਹ ਉਹੀ ਵਸਤਰ ਨੇ ਜਿਹੜੇ ਕੇਵਲ ਉਦੋਂ ਹੀ ਪਾਏ ਜਾਂਦੇ ਆ। ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਉਹ ਵਸਤਰ ਬਦਲਨੇ ਹੈ, ਵਸਤਰ, ਅਤੇ ਫਿਰ ਕੀ ਹੈ, ਫਿਰ ਪੰਜ ਪਿਆਰੇ ਸੰਗਤ ਵਿੱਚ ਹੀ ਬਲੀਨ ਹੋ ਜਾਂਦੇ ਆ, ਫਿਰ ਉਹ ਪੰਜ ਪਿਆਰੇ ਨਹੀਂ ਰਹਿ ਜਾਂਦੇ, ਫਿਰ ਆਮ ਆਪਣੀ ਗੁਰਸਿੱਖ ਭਰਾ। ਬੋਲੋ ਸਤਨਾਮ। ਇਹ ਨਹੀਂ ਮਗਰੋਂ ਪੰਜ ਪਿਆਰੇ ਬਣੇ ਤੁਰੇ ਫਿਰਨ ਹੋ ਥਾਂ ਥਾਂ 'ਤੇ, ਉਦੋਂ ਨੇ, ਉਦੋਂ ਨੇ। ਇਹਨਾਂ ਗੱਲਾਂ ਨੂੰ ਸਮਝਣਾ ਹੈ, ਸਿੱਖੀ ਦੇ ਸਿਧਾਂਤਾਂ ਨੂੰ। ਇਹ ਨਹੀਂ ਵੀ ਮਗਰੋਂ ਉਹ ਪੰਜ ਪਿਆਰੇ ਬਣੇ ਤੁਰੇ ਫਿਰਨ। ਸੋਚੋ ਜਰਾ, ਉਸ ਵੇਲੇ ਡਿਊਟੀ ਹੈ, ਜਿਵੇਂ ਹੁਣ ਮੇਰੀ ਪ੍ਰਚਾਰ 'ਤੇ ਡਿਊਟੀ ਹੈ, ਤੁਸੀਂ ਬੈਠੇ ਹੋ ਹੁਣ, ਹੁਣ ਫਜਲ ਤੇ ਅਨੁਸ਼ਾਸਨ ਤੋਂ ਕੋਈ ਬਾਹਰ ਹੁੰਦਾ, ਹੁਣ ਮੈਂ ਤਾੜਨ ਦਾ ਹੱਕ ਵੀ ਰੱਖਦਾ, ਕਿਉਂਕਿ ਇਸ ਵੇਲੇ ਗੁਰਮਤ ਦੀ ਗੱਲ ਦੱਸਣ ਦੀ ਮੇਰੀ ਡਿਊਟੀ ਹੈ। ਟੀਚਰ ਤਾੜ ਸਕਦਾ, ਕਈ ਕਈ ਸਮਝਦੇ ਤਾਂ, ਅਤੇ ਬਾਅਦ ਦੇ ਵਿੱਚ ਆਪਾਂ ਉਵੇਂ ਬੈਠ ਕੇ ਗੱਲਾਂ ਕਰਦੇ ਹਾਂ। ਦੱਸੋ ਤਾਂ, ਅਤੇ ਇੱਦਾਂ ਹਰ ਇੱਕ ਜਿਹੜਾ ਅਸੂਲ ਹੁੰਦਾ, ਸਿਧਾਂਤ ਹੁੰਦਾ, ਤਾਂ ਅਤੇ ਪਰ ਸਾਡੇ ਵਿੱਚ ਅੱਜ ਦੇਹਵਾਦ ਪੈਦਾ ਹੋ ਗਿਆ। ਗੁਰਮਤ ਵਿੱਚ ਦੇਹਵਾਦ ਕਿਤੇ ਨਹੀਂ। ਫਿਰ ਯਾਦ ਰੱਖਿਓ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੀਰਾ ਵੀਰ। ਇੱਥੇ ਬਾਬਾਵਾਦ ਪੈਦਾ ਹੋ ਗਿਆ ਜੀ, ਅਤੇ ਬਾਬੇ ਵੀ ਇਹੋ ਜਿਹੇ ਪੈਦਾ ਹੋ ਗਏ ਜਿਹੜੇ ਬਾਣੀ ਦੀ ਗੱਲ ਨਹੀਂ ਸੁਣਾਉਂਦੇ, ਬਸ ਗੁਰਬਾਣੀ ਦੀ ਆੜ ਵਿੱਚ ਆਪਣੀਆਂ ਗੱਦੀਆਂ ਲਾ ਲੈਂਦੇ ਆ, ਦੋ ਚਾਰ ਕਮਰੇ ਛੱਡ ਕੇ, ਬਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ, ਜੀ ਬਾਬਿਆਂ ਜੀ ਦਰਸ਼ਨ ਕਰਨੇ ਸੀ, ਹਾਂ ਭਾਈ ਬਾਬਾ ਜੀ ਉਹ ਕਮਰੇ 'ਚ ਬੈਠ ਕੇ ਭਗਤਾਉਂਦੇ ਆ ਸੰਗਤ ਨੂੰ, ਉਹ ਦੇਖੋ ਲੈਣ ਲੱਗੀ ਪਈ, ਲੈਣ ਲੱਗੀ ਪਈ, ਅਤੇ ਬਸ ਉੱਧਰ ਨੂੰ ਦੁਨੀਆਂ ਅੰਦਰ ਬੈਠਿਆਂ ਨੂੰ ਮੱਥੇ ਟੇਕੀ ਜਾਂਦੀ, ਕਿਸੇ ਨੂੰ ਸੇਬ ਫੜਾਤਾ, ਕਿਸੇ ਨੂੰ ਮਿਸ਼ਰੀ ਦਾ ਪੈਕਟ ਫੜਾਤਾ, ਕਿਸੇ ਦਾ ਸਿਰ ਪਲੂਸ ਤਾਂ, ਕਿਸੇ ਜਵਾਕ ਦੇ ਠੋਲੇ ਜੇ ਲਾਤੇ, ਬਸ ਠੀਕ ਹੈ, ਠੀਕ ਹੈ। ਇਹ ਸਾਡੇ ਵਿੱਚ ਅੱਜ ਪੈਦਾ ਹੋ ਗਿਆ, ਤਾਂ ਤੇ ਇਤਰਾਜ਼ ਕੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆਚਾਪ ਦੀ ਪੂਜਾ ਕਰਾਉਂਦੇ ਆ। ਉਹੀ ਬਾਬਾ ਮੰਨ ਲਓ ਗੁਰਸਿੱਖਾਂ ਦਾ ਹੀ ਭੈਣ ਭਰਾ ਬਣ ਕੇ ਕਿਤੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਦੀ ਗੱਲ ਦੱਸੇ, ਤਾਂ ਉਹੀ ਸਾਡਾ ਭੈਣ ਭਾਈ ਹੈ, ਸਤਿਕਾਰਯੋਗ ਹੈ। ਪਰ ਇਤਰਾਜ਼ ਕੀ ਹੈ, ਬਾਣੀ ਦੀ ਗੱਲ ਕੋਈ ਦੱਸਣ ਦੀ ਲੋੜ ਨਹੀਂ, ਨਾਲੇ ਜਿਹਨਾਂ ਦਾ ਹਰ ਮਿਸ਼ਰੀ 'ਤੇ ਕੰਮ ਚੱਲਦਾ ਹੋਵੇ, ਸੇਬਾਂ 'ਤੇ ਕੰਮ ਚੱਲਦਾ ਹੋਵੇ, ਸਿਰ ਪਲੂਸ ਦੇ, ਉਹਨਾਂ ਨੂੰ ਬਾਣੀ ਦੀ ਗੱਲ ਕਰਨ ਦੀ ਲੋੜ ਵੀ ਕੀ ਪਈ ਹੈ, ਲੋੜ ਵੀ ਕੀ ਪਈ ਹੈ, ਸੋਚੋ ਜ਼ਰਾ। ਜਿਸ ਕਰਕੇ ਕੁਝ ਸਾਡੇ ਵਿੱਚ ਅੱਜ ਪੈਦਾ ਹੋ ਗਿਆ, ਪੈਦਾ ਹੋ ਗਿਆ, ਜਿਸ ਕਰਕੇ ਗੁਰੂ ਨਾਲ ਟੁੱਟਦੇ ਜਾਂਦੇ ਹਾਂ, ਦੇਹਾਂ ਨਾਲ ਜੁੜਦੇ ਜਾਂਦੇ ਹਾਂ। ਦੇਹ ਨਾਲ ਜੁੜਨਾ ਨਹੀਂ, ਫੇਰ ਨਾ ਭੁੱਲ ਜਿਓ, ਦੇਹ ਨਾਲ ਸਾਡਾ ਸੰਬੰਧ ਹੈਗਾ, ਨਫ਼ਰਤ ਨਹੀਂ, ਸੰਬੰਧ ਕੀ ਭੈਣ ਭਾਈਆਂ ਵਾਲਾ ਸੰਬੰਧ ਹੈਗਾ। ਦੇਹ ਹੋਰ ਪ੍ਰਮਾਣ ਲੈ ਲਓ, ਪੱਕੇ ਕਰ ਲਓ, ਥਾਂ ਥਾਂ ਇਹ ਪ੍ਰਮਾਣ ਦਿੱਤੇ ਹੈ, ਤਾਂ ਕਿ ਜਿਹੜਾ ਸਾਡੇ ਵਿੱਚ ਬਾਬਾਵਾਦ ਅਤੇ ਖੌਤੀ ਸੰਤ ਡੰਮ ਅਤੇ ਫਲਾਨਾ ਪੈਦਾ ਹੋ ਗਿਆ, ਇਹਨੂੰ ਹੁੰਝਿਆ ਜਾ ਸਕੇ, ਦੇਹਵਾਦ ਪੈਦਾ ਹੋ ਗਿਆ ਸਾਡੇ ਵਿੱਚ। ਅਤੇ ਦੂਜਾ ਪ੍ਰਮਾਣ ਇੱਕ ਹੋਰ ਲੈ ਲਓ, ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁੱਖ ਹੋਵੀ ਮਿੱਤ। ਹਾਂ, ਗੁਰੂ ਜੀ ਕਹਿੰਦੇ ਗੁਰਮੁਖਾਂ ਨਾਲ ਦੋਸਤੀ ਪਾ ਲਓ, ਹੋਰ ਹੁਣ ਜੂਆਂ ਨਾਲ ਤਾਂ ਨਹੀਂ ਦੋਸਤੀ ਪਾਉਣੀ, ਸ਼ਰਾਬਿਆਂ ਨਾਲ ਤਾਂ ਨਹੀਂ ਦੋਸਤੀ ਪਾਉਣੀ, ਗੁਰਮੁਖ ਗੁਰਮੁਖਾਂ ਕੋਲ ਬਹਿੰਦੇ ਹੁੰਦੇ ਹੈ, ਗੁਰਮੁਖੀ ਗੁਰਮੁਖ ਨੂੰ ਗੁਰੂ ਦੀ ਗੱਲ ਸੁਣਾਉਂਦੇ ਹੁੰਦੇ ਆ, ਕਿਹੜਾ ਸ਼ੱਕ ਹੈ ਕੋਈ। ਕਹਿੰਦੇ ਪਾ ਲਓ ਦੋਸਤੀ ਮਿੱਤਰਤਾ ਮਲਾਪ ਫਤਿਹ ਦੀ ਸਾਂਝ, ਗੁਰਮੁਖ ਸੌ ਕਰ ਦੋਸਤੀ ਪਰ ਸੁਚੇਤ ਕਰਤਾ ਨਾਲ ਦੀ ਨਾ, ਸਤਿਗੁਰ ਸੌ ਲਾਏ ਚਿੱਤ,
ਦੇਖੀ ਕਿਤੇ ਗੁਰਬਾਣੀ ਦੀ ਗੱਲ ਸੁਣਾਉਣ ਵਾਲੀ ਦੀ ਦੇਹ ਨਾ ਆਉਣਾ। ਚਿੱਤ ਲਾ ਲਵੀ, ਚਿੱਤ ਲਾ ਲਵੀ ਜੋ ਗੁਰਮੁਖ ਨੇ ਗੁਰੂ ਦਾ ਬਚਨ ਸੁਣਾਇਆ। ਬਚਨ ਹੀ ਸਤਿਗੁਰੂ ਦਾ ਸਰੂਪ ਹੈ ਨਾ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਬਚਨ ਹੀ ਸਤਿਗੁਰੂ ਦਾ ਸਰੂਪ ਹੈ। ਜੋ ਗੁਰਮੁਖ ਨੇ ਗੁਰੂ ਦਾ ਬਚਨ ਸੁਣਾਇਆ ਉਸ ਬਚਨ ਨਾਲ ਚਿੱਤ ਲਾ ਲਓ। ਬਸ ਬਚਨ ਨਾਲ ਚਿੱਤ ਲਾਉਣਾ ਹੀ ਸਤਿਗੁਰੂ ਨਾਲ ਚਿੱਤ ਲਾਉਣਾ ਹੈ। ਭਾਵ ਕੇ ਜੋ ਗੁਰੂ ਦੇ ਪਿਆਰੇ ਗੁਰੂ ਦੇ ਬਚਨ ਸੁਣਾਉਂਦੇ ਆ ਭਾਈ, ਉਹਨਾਂ ਬਚਨਾਂ ਨੂੰ ਸੁਣ ਕੇ ਕਮਾਉਣਾ, ਉਹਨਾਂ ਬਚਨਾਂ ਨੂੰ ਚਿੱਤ ਚ ਵਸਾਉਣਾ, ਤੇ ਗੁਰਬਾਣੀ ਸੁਣਾਉਣ ਵਾਲੀ ਦੀ ਦੇਹ ਜਾਂ ਡੇਰੇ ਨਾਲ ਚਿੱਤ ਨਹੀਂ ਲਾਉਣਾ। ਕਿਤੇ ਕੱਲ ਨੂੰ ਮੇਰੇ ਅਰਗਾ ਕਹਿੰਦੇ ਆ ਜਾਓ ਭਾਈ, ਸਾਡੇ ਡੇਰੇ ਤੇ ਪੂਰਨਮਾਸ਼ੀ ਲੱਗਦੀ ਹੈ, ਉਹ ਸਾਡੇ ਡੇਰੇ ਤੇ ਭਾਈ ਦਸਵੀਂ ਲੱਗਦੀ ਹੈ, ਦਸਵੀਂ ਲੱਗਦੀ ਹੈ, ਸੁਣਾ ਕੇ ਦੁੱਖ ਦਿਨ ਗੱਲਾਂ, ਭਾਈ ਉੱਥੇ ਆ ਜਾਓ, ਉੱਥੇ ਦਸਵੀਂ ਲੱਗਦੀ ਹੈ ਆਪਣੇ ਉੱਥੇ ਸੋਚੋ ਜਰਾ। ਤਾਂ ਤੇ ਏਦਾਂ ਸੁਚੇਤ ਰਹਿਣਾ, ਨਾ ਕਿਸੇ ਡੇਰੇ ਨਾਲ ਜੁੜਨਾ, ਨਾ ਕਿਸੇ ਦੇਹ ਨਾਲ ਜੁੜਨਾ, ਚਿੱਤ ਸਤਿਗੁਰੂ ਨਾਲ ਲਾਉਣਾ। ਹੁਕਮ ਕਾਹਦਾ? ਗੁਰਬਾਣੀ ਦੀ ਹੁਕਮ ਹੈ ਨਾ, ਤੇ ਗੁਰਮੁਖਾਂ ਦੇ ਨਾਲ ਮੇਲ ਮਿਲਾਪ ਦੋਸਤੀ ਫਤਿਹ ਦੀ ਸਾਂਝ। ਬਾਣੀ ਸੁਣਾਉਣ ਵਾਲੀ ਦੀ ਦੇਹ ਨਾਲ ਨਹੀਂ ਜੁੜਨਾ। ਤਾਂ ਤੇ ਯਾਦ ਰੱਖਿਓ, ਤਾਂ ਤੇ ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ, ਜੰਮਨ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ। ਇੰਨੇ ਬਚਨ ਸਿੱਧ ਹੋ ਗਏ, ਤਾਂ ਤੇ ਰਹੋ ਵਿਚਾਰ। ਤਾਂ ਤੇ ਗੱਲ ਕਰ ਰਹੇ ਸੀ ਅਸੀਂ ਗੁਰਬਾਣੀ ਦੀ ਗੱਲ ਨੂੰ ਮੰਨਣਾ। ਹੁਣ ਗੁਰਬਾਣੀ ਦੇ ਵਿੱਚ ਕਿਸੇ ਦਿਸ਼ਾ ਦੀ ਗੱਲ ਨਹੀਂ, ਕੋਈ ਦਿਸ਼ਾ ਭਰਮ ਨਹੀਂ ਗੁਰਬਾਣੀ ਵਿੱਚ, ਕੋਈ ਕਿਸੇ ਦਿਨ ਦਾ ਭਰਮ ਨਹੀਂ ਗੁਰਬਾਣੀ ਵਿੱਚ, ਕਿਤੇ ਕੋਈ ਗਿਣਤੀਆਂ ਦੀ ਗੱਲ ਨਹੀਂ ਗੁਰਬਾਣੀ ਵਿੱਚ। ਤਾਂ ਗੁਰਬਾਣੀ ਨੂੰ ਸਮਝ ਕੇ ਤੇ ਗੁਰਬਾਣੀ ਨੂੰ ਮੰਨਣ ਦੀ ਗੱਲ ਹੈ। ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨਿੱਜ ਘਰ ਬਾਸ, ਜਿਨ੍ਹਾਂ ਨੇ ਗੁਰੂ ਦਾ ਵਚਨ ਸੁਣ ਕੇ ਮੰਨ ਲਿਆ ਭਾਵ ਕਮਾ ਲਿਆ, ਉਹਨਾਂ ਦਾ ਨਿੱਜ ਘਰ ਆਤਮਕ ਸਰੂਪ ਦੇ ਵਿੱਚ ਵਾਸਾ ਹੋ ਜਾਂਦਾ ਹੈ। ਹੋਰ ਪ੍ਰਮਾਣ ਲੈ ਲਓ, ਇੱਕ ਪ੍ਰਮਾਣ ਹੋ ਗਿਆ। ਸੁਖਮਨੀ ਸਾਹਿਬ ਚ ਗੁਰੂ ਜੀ ਕਹਿੰਦੇ ਸੁਣਤ ਕਮਾਵਤ ਹੋਤ ਉਧਾਰ। ਬਸ ਸੁਣ ਲਓ ਵਚਨ ਨੂੰ, ਤੇ ਸੁਣ ਕੇ ਵਚਨ ਨੂੰ ਕਮਾ ਲਓ ਤੇ ਪਾਰ ਉਤਾਰਾ ਹੋ ਜਾਂਦਾ ਹੈ। ਉਦੋਂ ਪਹਿਲਾਂ ਵਾਲੀਆਂ ਪੰਗਤੀਆਂ ਵੀ ਰਮਜ ਮਾਤਰ ਬੋਲ ਜਾਵਾਂ। ਹੁਣ ਆਪਾਂ ਇਹ ਕਹਿੰਦੇ ਹਾਂ ਵੀ ਸਾਧੂ ਸੰਤਾਂ ਦੇ ਅਮੋਲਕ ਵਚਨ ਹੁੰਦੇ ਆ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਉਹ ਸਾਧੂ ਸੰਤ ਹੈ ਕੌਣ? ਉਹ ਸਾਧੂ ਸੰਤ ਸਤਿਗੁਰੂ ਹੈ। ਇਹ ਉਹਨੇ ਵੀ ਮੇਰੇ ਅਰਗਾ ਜੋ ਮਰਜ਼ੀ ਕਹੀ ਚੱਲੇ। ਪੜੋ ਬਾਣੀ, ਉੱਤਮ ਸਲੋਕ ਸਾਧਕੇ ਵਚਨ ਉਮਲੀਕ ਲਾਲ ਇਹ ਰਤਨ ਅਦੇਤਾ ਨਾ ਇਸ਼ਾਰਾ। ਗੁਰੂ ਜੀ ਆਪਣੇ ਆਪ ਨੂੰ ਜਨਾਉਂਦੇ ਨਹੀਂ, ਇਸ਼ਾਰੇ ਚ ਗੱਲ ਸਮਝਾਉਂਦੇ ਹੁੰਦੇ ਆ। ਭਾਵ ਗੁਰੂ ਜੀ ਕਹਿੰਦੇ ਅਸੀਂ ਕੋਈ ਕਿਸੇ ਇੱਥੇ ਹੋਰ ਸਾਧ ਦੀ, ਕਿਸੇ ਯਾਨੀ ਕਿ ਕਿਸੇ ਜਲ ਧਾਰੇ ਕਰਨ ਵਾਲੇ ਦੀ, ਕਿਸੇ ਧੂਣੇ ਤਾਪਣ ਵਾਲੇ ਦੀ, ਕਿਸੇ ਪੁੱਠੇ ਲਮਕਣ ਵਾਲੇ ਦੀ, ਜਾਂ ਕਿਸੇ ਵਿਹਲਣ ਬੂਬਣੇ ਦੀ ਗੱਲ ਨਹੀਂ ਕਰ ਰਹੇ। ਕੌਣ ਹੈ ਸਾਧ? ਕਹਿੰਦੇ ਪੂਰੇ ਸਾਧੂ ਸਤਿਗੁਰ ਨਾਲ ਜੁੜਨਾ, ਜਿਨ੍ਹਾਂ ਦੇ ਉੱਤਮ ਸਲੋਕ ਨੇ, ਆ ਜਿਨ੍ਹਾਂ ਦਾ ਇੱਕ ਇੱਕ ਵਚਨ ਅਮੋਲਕ ਹੀਰਾ ਲਾਲ ਰਤਨ ਹੈ, ਭਾਵ ਜਿਨ੍ਹਾਂ ਦੀ ਆ ਗੁਰਬਾਣੀ ਹੈ, ਉਹੀ ਸਾਧੂ ਸਤਿਗੁਰ ਹੈ। ਬੋਲੋ ਸਤਨਾਮ। ਆਹ ਬਰੀਕੀਆਂ ਸਮਝਣੀਆਂ ਬਾਣੀ ਦੇ ਵਿੱਚੋਂ, ਇੱਥੇ ਜਣਾ ਖਣਾ ਬਾਣੀ ਦੀਆਂ ਪੰਗਤੀਆਂ ਛਾਂਟ ਕੇ ਬ੍ਰਹਮ ਗਿਆਨੀ ਬਣ ਕੇ ਬਹਿ ਜਾਂਦਾ ਹੈ। ਸੋਚੋ ਜਰਾ, ਉਹ ਸਾਧ ਕੌਣ ਹੈ ਜਿਹਦੇ ਉੱਤਮ ਸਲੋਕ ਹੈ? ਉਹ ਸਾਧੂ ਸਤਿਗੁਰ। ਪ੍ਰਮਾਣ ਇੱਕ ਹੋਰ ਲਓ, ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਆ ਗੁਣੀ ਨਿਧਾਨ। ਅਗਲਾ ਪ੍ਰਮਾਣ ਫਿਰ ਲੈ ਲਓ, ਸਾਧੂ ਨੂੰ ਸਤਿਗੁਰ ਨਹੀਂ ਕਹਿ, ਦੱਸੋ ਕੀ ਲਿਖਿਆ ਹੈ ਫਿਰ ਦੁਬਾਰੇ? ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਆ ਗੁਣੀ ਨਿਧਾਨ। ਜੇ ਸਾਧੂ ਸਤਿਗੁਰ ਮਿਲ ਜਾਵੇ, ਭਾਵ ਅਸੀਂ ਆ ਗੁਰਬਾਣੀ ਦੇ ਨਾਲ ਅਮੋਲਖ ਰਤਨ ਲਾਲ ਬਚਨਾਂ ਨਾਲ ਜੁੜ ਜਾਈਏ ਤਾਂ ਪਾਈਆ ਗੁਣੀ ਨਿਧਾਨ, ਤਾਂ ਗੁਣਾਂ ਦਾ ਖਜ਼ਾਨਾ ਪਰਮਾਤਮਾ ਪਾ ਲਿਆ ਜਾਂਦਾ ਜੇ ਸਾਧੂ ਸਤਿਗੁਰ ਨਾਲ ਜੁੜ ਜਾਈਏ। ਬੋਲੋ ਸਤਨਾਮ। ਬਾਣੀ ਨੂੰ ਬਾਣੀ ਚੋਂ ਸਮਝਣਾ, ਗੁਰ ਕੀ ਬਾਣੀ ਗੁਰ ਤੇ ਜਾਤੀ, ਹਰ ਪ੍ਰਮਾਣ ਬਾਣੀ ਚਲੋ ਗੁਰੂ ਦੀ ਬਾਣੀ ਗੁਰੂ ਤੋਂ ਜਾਣਨੀ ਹੈ, ਭਾਵ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਵਿੱਚੋਂ ਜਾਣਨੇ ਹੈ, ਕਿਉਂਕਿ ਗੁਰਬਾਣੀ ਆਪਣਾ ਸਟੀਕ ਆਪ ਹੈ। ਇਹ ਨਹੀਂ ਵੀ ਬਾਣੀ ਵਿੱਚੋਂ ਸਾਧ ਲਫ਼ਜ਼ ਛਾਂਟ ਕੇ ਤੇ ਆਪਦੀ ਦੇਹ ਨਾਲ ਚਪਕਾ ਲਓ, ਗੁਰਬਾਣੀ ਵਿੱਚੋਂ ਸੰਤ ਲਫ਼ਜ਼ ਛਾਂਟ ਕੇ ਆਪਦੀ ਦੇਹ ਨਾਲ ਚਪਕਾ ਲਓ ਜਾਂ ਉਹਦਾ ਮਨਮਰਜ਼ੀ ਦਾ ਅਰਥ ਕਰ ਦਿਓ। ਜਿਹੜਾ ਸ਼ਬਦ ਗੁਰਬਾਣੀ ਵਿੱਚੋਂ ਲਿਆ ਉਹਦਾ ਅਰਥ ਵੀ ਗੁਰਬਾਣੀ ਵਿੱਚੋਂ ਹੀ ਕਰਨਾ, ਇਸੇ ਨੂੰ ਕਿਹਾ ਜਾਂਦਾ ਗੁਰ ਕੀ ਬਾਣੀ ਗੁਰ ਤੇ ਜਾਤੀ। ਬੋਲੋ ਸਤਨਾਮ। ਨੋਟ ਕਰਿਓ, ਆ ਭੇਦ ਬਾਣੀ ਦੇ ਸਮਝੋ, ਜਾਣੋ ਗੁਰੂ ਤੋਂ। ਹੁਣ ਸਾਧ ਸਾਧ ਗੁਰੂ ਦੇ ਵਿੱਚੋਂ ਜਾਣੋ, ਉੱਤਮ ਸਲੋਕ ਸਾਧ ਕੇ ਵਚਨ, ਕਿਹੜਾ ਕਿਹੜਾ ਸਾਧ ਜਿਨ੍ਹਾਂ ਦੇ ਉੱਤਮ ਸਲੋਕ ਨੇ, ਆ ਜਿਨ੍ਹਾਂ ਦੀ ਗੁਰਬਾਣੀ ਹੈ, ਜਿਹੜੇ ਥਾਂ ਥਾਂ ਬੂਬਣੇ ਬੈਠੇ ਆ, ਕਿਹੜੀ ਬਾਣੀ ਉਚਾਰਨ ਕਰਦੇ ਆ? ਚਿਲਮਾ ਪੀਨੇ, ਸੁਲਫੇ ਗਾਂਜੇ ਪੀਨੇ, ਤਾਂ ਸੁਰਤ ਨਹੀਂ ਜੱਗ ਜਹਾਨ ਦੀ, ਇਹਨਾਂ ਨੂੰ ਤਾਂ ਸੁਰਤ ਨਹੀਂ ਆਪਦੇ ਸਰੀਰ ਦੀ। ਹੋਰ ਇਹ ਬੂਬਣੇ ਕਿਹੜੀ ਬਾਣੀ ਉਚਾਰਨ ਕਰਦੇ ਨੇ? ਕਹਿੰਦੇ ਉੱਤਮ ਲਿਖਿਆ ਤਾਂ ਕਹਿੰਦੇ ਜੀ ਸਾਧਾਂ ਦੇ ਉੱਤਮ ਬਚਨ ਹੁੰਦੇ ਆ, ਉਹ ਕਿਹੜੇ? ਆ ਗੁਰਬਾਣੀ ਹੈ, ਇਹ ਆ ਉੱਤਮ ਸਲੋਕ, ਉੱਤਮ ਸਲੋਕ ਸਾਧ ਕੇ ਵਚਨ। ਫਿਰ ਕਲੀਅਰ ਕਰ ਦਿੱਤਾ, ਅਮਲੀਕ ਲਾਲ ਇਹ ਰਤਨ, ਆ ਜੋ ਅਮੋਲਕ ਹੀਰੇ ਲਾਲ ਰਤਨ ਹੈ, ਇਹ ਹੈ ਸਾਧ ਕੇ ਵਚਨ।
ਤੇ ਇਹਨਾਂ ਨੂੰ ਸੁਣ ਕੇ ਤੇ ਕਮਾ ਕੇ ਪਾਰ ਉਤਾਰਾ ਹੋ ਜਾਂਦਾ। ਸੁਣਤ ਕਮਾਵਤ ਹੋਤ ਉਧਾਰ ਅਗਲੀ ਪੰਗਤੀ, ਆਪ ਤਰੈ ਲੁਕਤ ਹੈ ਨਿਸਤਾਰ। ਇਹਨਾਂ ਸਾਧੂ ਸਤਿਗੁਰ ਦੇ ਬਚਨਾਂ ਨੂੰ ਜੋ ਆਪ ਕਮਾਉਂਦਾ ਆਪ ਵੀ ਤਰਦਾ, ਤੇ ਸਾਧੂ ਸਤਿਗੁਰ ਦੇ ਬਚਨ ਜੋ ਦੁਨੀਆਂ ਨੂੰ ਦੱਸ ਦਿੱਤੇ ਜਾਂਦੇ, ਜਿਹੜਾ ਵੀ ਸਾਧੂ ਸਤਿਗੁਰ ਦਾ ਬਚਨ ਸੁਣ ਕੇ ਮੰਨ ਲਵੇ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ, ਆਪ ਵੀ ਤਰ ਜਾਂਦਾ, ਦੁਨੀਆਂ ਵੀ ਤਰ ਜਾਂਦੀ ਹੈ। ਬੋਲੋ ਸਤਨਾਮ, ਕਿੰਨੀ ਕਲੀਅਰ ਗੱਲ। ਇਹ ਚਾਰੇ ਪੰਗਤੀਆਂ ਪਕਾ ਲਓ ਤਾਂ ਤੇ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਆਪਤ ਹੋ ਤੋ ਉਧਾਰ, ਆਪ ਤਰੈ ਲੋਕ ਹੈ ਨਿਸਤਾਰ। ਤਾਂ ਤੇ ਇੱਦਾਂ ਅਸੀਂ ਹਰ ਗੱਲ ਨੂੰ ਗੁਰਬਾਣੀ ਵਿੱਚੋਂ ਸਮਝਣਾ ਹੈ। ਤੇ ਇਹ ਜਾਣੀ ਕਿ ਗੁਰਮੁਖਾਂ ਦੇ ਵਚਨ ਨਹੀਂ ਹੁੰਦੇ ਵੀ ਉਹਦੀ ਮਰਜ਼ੀ ਦਾ ਵਚਨ ਕਰਨਾ। ਫਰਜ਼ ਕਰੋ ਜਿਵੇਂ ਮੇਰੇ ਤੇ ਲਾ ਲਓ, ਮੈਂ ਆਪਣੇ ਤੇ ਲਾ ਕੇ ਗੱਲ ਕਹਿੰਦਾ ਹੁੰਦਾ, ਮੈਂ ਮੰਨ ਲਓ ਮੈਂ ਤੁਹਾਨੂੰ ਕਿਸੇ ਨੂੰ ਕਹਿ ਦਿੱਤਾ ਭਾਈ ਇੱਥੇ 21 ਪੂਰਨਮਾਸ਼ੀਆਂ ਨਾ ਆਜਿਓ, ਤੁਸੀਂ ਪੁੱਛਿਆ ਕਰੋ ਬਾਬਾ ਜੀ ਗੁਰਬਾਣੀ ਚੋਂ ਪ੍ਰਮਾਣ ਦਿਓ ਵੀ 21 ਪੂਰਨਮਾਸ਼ੀਆਂ ਨੂੰ ਹੋਣਾ ਕਿੱਥੇ ਲਿਖਿਆ ਹੈ। ਬੋਲੋ ਸਤਨਾਮ। ਜੇ ਤਾਂ ਇਹ ਗੁਰੂ ਦਾ ਵਚਨ ਹੈ ਤਾਂ ਮੰਨਾਂਗੇ, ਜੇ ਤਾਂ ਗੁਰੂ ਦਾ ਵਚਨ ਹੈ ਮੰਨਾਂਗੇ। ਦੱਸੋ ਕਿੱਥੇ ਲਿਖਿਆ ਇਹ ਵਚਨ ਤੁਹਾਡਾ ਆਪਣਾ, ਅਸੀਂ ਨਹੀਂ ਮੰਨਣਾ। ਸਿੱਧਾ ਕਹਿੰਦਾ ਕਰੋ ਸਪਸ਼ਟ ਪ੍ਰਮਾਣ ਦਿਓ ਬਾਣੀ ਦਾ। ਹੈ ਕਿਸੇ ਕੋਲੇ ਪ੍ਰਮਾਣ ਬਾਣੀ ਦਾ? ਜੇ ਕਿਸੇ ਨੇ ਤੁਹਾਨੂੰ ਕਹਿਤਾ ਇੱਥੇ ਇੰਨੀਆਂ ਮੱਸਿਆ ਨਾ ਆਜੋ ਬਾਬਾ ਜੀ ਪ੍ਰਮਾਣ ਦਿਓ, ਇੰਨੀਆਂ ਦਸਵੀਆਂ ਨਾ ਆਜੋ ਬਾਬਾ ਜੀ ਬਾਣੀ ਚੋਂ ਪ੍ਰਮਾਣ ਦਿਓ। ਗੁਰੂ ਜੀ ਨੇ ਕਿੱਥੇ ਉਪਦੇਸ਼ ਦਿੱਤਾ ਵੀ ਦਸਵੀਆਂ ਨਾ ਆਜੋ, ਦਿਓ ਪ੍ਰਮਾਣ ਦਿਓ, ਦਿਓ ਨਹੀਂ ਦਿੱਤਾ ਜਾਣਾ ਫਿਰ ਬਸ ਉਹਦਾ ਆਪਦਾ ਹੀ ਵਚਨ ਹੈ, ਅਸੀਂ ਨਹੀਂ ਮੰਨਦੇ। ਉਹ ਗੱਲ ਮੰਨਾਂਗੇ ਜੋ ਗੁਰੂ ਦੀ ਹੈ। ਸੁਣਾਉਣ ਵਾਲੇ ਨਾਲ ਭੈਣ ਭਾਈਆਂ ਦਾ ਪਿਆਰ ਰੱਖਾਂਗੇ ਵੀ ਹਾਂ ਸਾਡੇ ਗੁਰਮੁਖ ਵੀਰ ਨੇ ਗੁਰੂ ਦੀ ਗੱਲ ਸੁਣਾਤੀ, ਗੁਰੂ ਦੀ ਗੱਲ ਦੱਸਤੀ। ਹੁਣ ਫਰਜ਼ ਕਰੋ ਮੈਂ ਕਿਸੇ ਭੋਲੇ ਨੂੰ ਕਹਿ ਦੇਵਾਂ, ਆਪਣੀ ਤੇ ਲਾ ਲਓ, ਭਾਈ ਸਾਡੇ ਘਰੇ ਨਾ ਤੂੰ 40 ਦਿਨ ਮੱਝਾਂ ਨੂੰ ਪੱਠੇ ਪਾਇਆ ਕਰੀ, ਤੇ ਹੁਣ ਕੋਈ ਭੋਲਾ ਕਹਿ ਦੇਵੇ ਭਾਈ ਬਖਤੌਰ ਵਾਲੇ ਗੁਰਮੁਖਾਂ ਨੇ ਪੱਠੇ ਪਾਉਣ ਦਾ ਵਚਨ ਕਰਤਾ। ਜੇ ਕੋਈ ਭੋਲਾ ਸਿੱਖ ਸੋਚੇ ਉਹ ਭਲੇ ਉਹ ਇਹ ਗੁਰਮੁਖਾਂ ਦਾ ਵਚਨ ਨੀ, ਇਹ ਤਾਂ ਮੇਰਾ ਨਿੱਜੀ ਸਵਾਰਥ ਹੈ, ਕਿਸੇ ਭੋਲੇ ਨੂੰ ਆਪਦੇ ਘਰੇ ਪੱਠਿਆਂ ਤੇ ਲਾ ਲਿਆ। ਬੋਲੋ ਸਤਨਾਮ, ਨੋਟ ਕਰਿਓ। ਹੁਣ ਜੇ ਕੋਈ ਕਹੀ ਜਾਂਦੇ ਜੀ ਗੁਰਮੁਖਾਂ ਨੇ ਵਚਨ ਕਰਤਾ ਜੀ ਭਾਈ ਬਹਤੌਰ ਵਾਲਿਆਂ ਨੇ, 40 ਦਿਨ ਪੱਠੇ ਪਾਉਣ ਦਾ ਵਚਨ ਹੋ ਗਿਆ ਭਾਈ ਮੈਨੂੰ, ਮੈਂ ਤਾਂ ਚੱਲੇ ਹਾਂ, ਵਚਨ ਹੋ ਗਿਆ ਜੀ 40 ਦਿਨ ਪੱਠੇ ਪਾਉਣ ਦਾ, ਇਹ ਵਚਨ ਹੈ ਕੋਈ, ਇਹ ਚਲਾ ਕੇ ਮਾਰ ਰਹੇ ਜੀ ਵਚਨ ਨੂੰ, ਵਚਨ ਹੈ ਕੋਈ, ਇਹ ਕਰਤਾ ਵਚਨ, ਵਚਨ ਉਹ ਜਿਹੜਾ ਗੁਰੂ ਦਾ ਉਹ ਮੰਨਾ। ਹੋਰ ਪ੍ਰਮਾਣ ਲੈ ਲਓ, ਕਹਿੰਦੇ ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਕਰੀਐ। ਜੇ ਕੋਈ ਗੁਰਮੁਖਾਂ ਦਾ, ਇੱਥੇ ਸੰਤਨ ਲਫ਼ਜ਼ ਆ ਗਿਆ ਤਾਂ ਬਹੁ ਵਚਨ ਹੋ ਗਿਆ, ਜਿੱਥੇ ਸੰਤ ਦਾ ਬਹੁ ਵਚਨ ਆ ਜਾਂਦਾ ਉੱਥੇ ਅਰਥ ਹੁੰਦਾ ਗੁਰਮੁਖ, ਗੁਰੂ ਦੇ ਪਿਆਰੇ। ਕਹਿੰਦੇ ਗੁਰਮੁਖਾਂ ਦਾ ਵਚਨ ਕਮਾਉਣਾ ਕਿਹੜਾ ਵਚਨ? ਜਿਹੜਾ ਵਚਨ ਉਹਨਾਂ ਨੇ ਗੁਰੂ ਦਾ ਦੱਸਿਆ, ਉਹਨਾਂ ਦਾ ਆਪਦਾ ਵਚਨ ਨਹੀਂ, ਜੋ ਗੁਰਬਾਣੀ ਦਾ ਵਚਨ, ਕਿਉਂਕਿ ਅੱਗੇ ਕਲੀਅਰ ਹੋ ਗਿਆ ਨਾ, ਸੋ ਗੁਰਪ੍ਰਸਾਦੀ ਤਰੀਐ, ਉਹ ਗੁਰੂ ਦੀ ਕਿਰਪਾ ਨਾਲ ਤਰ ਜਾਂਦਾ। ਕੌਣ? ਜਿਹੜਾ ਗੁਰਮੁਖਾਂ ਤੋਂ ਗੁਰੂ ਦਾ ਵਚਨ ਸੁਣ ਕੇ ਕਮਾ ਲੈਂਦਾ। ਤਰਨਾ ਤਾਂ ਗੁਰੂ ਦੀ ਕਿਰਪਾ ਨਾਲ ਹੈ, ਗੁਰੂ ਦੀ ਕਿਰਪਾ ਨਾਲ ਕੌਣ ਤਰੂ ਜੋ ਗੁਰੂ ਦਾ ਵਚਨ ਕਮਾਉਂਦਾ? ਫਿਰ ਗੁਰਮੁਖਾਂ ਦਾ ਕਿਹੜਾ ਵਚਨ ਕਮਾਉਣਾ ਹੈ? ਉਹ ਵਚਨ ਜਿਹੜਾ ਗੁਰਮੁਖਾਂ ਨੇ ਗੁਰਬਾਣੀ ਦਾ ਵਚਨ ਦੱਸਿਆ, ਉਹ ਵਚਨ ਨੂੰ ਕਮਾਉਣ ਨਾਲ ਗੁਰੂ ਦੀ ਕਿਰਪਾ ਨਾਲ ਪਾਰ ਉਤਾਰਾ ਹੋ ਜਾਂਦਾ। ਬੋਲੋ ਸਤਨਾਮ। ਏਦਾਂ ਬਾਣੀ ਨੂੰ ਸਮਝਿਆ ਕਰੋ, ਇੱਥੇ ਇਹ ਜਿਹੀਆਂ ਪੰਗਤੀਆਂ ਪੜ੍ਹ ਕੇ ਤੇ ਲੋਕਾਂ ਨੂੰ ਇਹੀ ਪ੍ਰਭਾਵ ਦਿੱਤਾ ਜਾਂਦਾ, ਭਾਈ ਜੋ ਅਸੀਂ ਵਚਨ ਕਹਿਤਾ ਮੰਨਿਆ ਕਰੋ, ਬਸ ਬਾਣੀ 'ਚ ਲਿਖਿਆ, ਜੇ ਸਾਡੇ ਵਚਨ ਮੰਨੋਗੇ ਤਾਂ ਬਸ ਪਾਰ ਉਤਾਰਾ ਹੋਜੂ ਤੁਹਾਡਾ। ਲੋਕਾਂ ਨੂੰ ਇਹ ਚਾਹ ਦਿੱਤਾ ਜਾਂਦਾ ਇਹ ਪੰਗਤੀਆਂ ਪੜ੍ਹ ਕੇ, ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਫਿਰ ਕਹਿਣਗੇ ਜੀ ਬਾਬਿਆਂ ਨੇ 21 ਪੂਰਨਮਾਸ਼ੀਆਂ ਲਾ ਦੀਆਂ, ਜੀ ਬਾਣੀ 'ਚ ਲਿਖਿਆ ਜੀ ਵਚਨ ਮੰਨਣੇ ਹੁੰਦੇ ਆ ਬਾਬਿਆਂ ਦੇ, ਮੰਨਣੇ ਹੁੰਦੇ ਆ। ਬੱਚਿਓ ਨੋਟ ਕਰੋ, ਜਿਸ ਕਰਕੇ ਵਚਨ ਕਮਾਉਣਾ ਕੋਈ ਸ਼ੱਕ ਨਹੀਂ, ਪਰ ਉਹ ਵਚਨ ਜੋ ਗੁਰਬਾਣੀ ਚੋਂ ਦੱਸਿਆ ਸੋ ਗੁਰਪ੍ਰਸਾਦੀ ਤਰੀਐ। ਏਦਾਂ ਇੱਕ ਇੱਕ ਗੱਲ ਅਸੀਂ ਗੁਰਬਾਣੀ ਚੋਂ ਸਮਝੀ ਹੁੰਦੀ ਤੇ ਇੱਥੇ ਦੇਹਵਾਦ ਨਾ ਪੈਦਾ ਹੁੰਦਾ, ਇੱਥੇ ਡੇਰਾਵਾਦ ਨਾ ਪੈਦਾ ਹੁੰਦਾ, ਜਿਸ ਕਰਕੇ ਗੁਰਬਾਣੀ ਨੂੰ ਅਸੀਂ ਇੱਕ ਇੱਕ ਨੁਕਤੇ ਨੂੰ ਅਸੀਂ ਬੜੀ ਬਰੀਕੀ ਨਾਲ ਸਮਝਣਾ। ਰਹੋ ਵਿਚਾਰ, ਲੱਗਦੇ ਹੱਥ ਮੈਂ ਉਹ ਪੁਆਇੰਟ ਵੀ ਦੇ ਦੇਵਾਂ, ਵੈਸੇ ਤਾਂ ਵਸਥਾਂ ਪਹਿਲਾਂ ਬਹੁਤ ਵਾਰੀ ਹੋਇਆ ਕਿਉਂਕਿ ਪ੍ਰਕਰਨ ਚੱਲ ਪਿਆ ਨਾ ਅੱਜ। ਗੁਰਬਾਣੀ ਦੇ ਵਿੱਚੋਂ ਹੁਣ ਤੁਹਾਨੂੰ ਇਹ ਵੀ ਦੱਸਿਆ ਜਾਣਾ, ਬਹੁਤੇ ਜੀ ਬੜੀ ਮਹਿਮਾ ਬਾਣੀ ਵਿੱਚ ਸਾਧਾ ਸੰਤਾਂ ਦੀ, ਚੱਲਦਾ ਨਾ ਥਾਂ ਥਾਂ ਇਹ ਗੱਲ, ਤੇ ਉਹ ਸਾਧ ਸੰਤ ਫਿਰ ਤੁਹਾਨੂੰ ਸਿੱਧਾ ਨਹੀਂ ਕਹਿੰਦਾ, ਬਸ ਵੀ ਤੁਹਾਨੂੰ ਇਹੀ ਜਚਾਇਆ ਜਾਂਦਾ ਵੀ ਉਹ ਸਾਧ ਸੰਤ ਅਸੀਂ ਹੀ ਹੈ, ਜਿਹੜੀ ਮਹਿਮਾ ਬਾਣੀ 'ਚ ਲਿਖੀ ਹੋਈ ਹੈ ਨਾ ਉਹ ਅਸੀਂ ਹੀ ਹੁੰਦੇ ਹਾਂ, ਬਸ ਠੀਕ ਹੈ, ਕਰ ਲਓ ਜਿੰਨੀ ਸੇਵਾ ਹੁੰਦੀ ਹੈ ਬਸ ਸਾਡੀ, ਇਹੀ ਜਚਾਇਆ ਜਾਂਦਾ। ਆਓ ਗੁਰਬਾਣੀ 'ਚੋਂ ਯਾਦ ਰੱਖਿਓ, ਮੈਨੂੰ ਪਤਾ ਹੈ ਮੈਂ ਸਾਧ ਸੰਤ ਕੌਣ ਇਹ ਇਸ ਇਲਾਕੇ 'ਚ ਦਬਾਣ ਲੱਗ ਚੁੱਕੇ ਹੈ, ਮੈਨੂੰ ਯਾਦ ਆਸਤਾ ਸਾਰੀ, ਪਰ ਮੈਂ ਥੋੜ੍ਹਾ ਜਿਹਾ ਰਿਪੀਟ ਕਰਦਿਆਂ ਦੁਬਾਰਾ। ਇੱਕ ਪਹਿਲਾਂ ਤਾਂ ਨਿਯਮ ਇਹ ਸਮਝੋ, ਜਿਵੇਂ ਆਪਾਂ ਹੁਣ ਨਿਯਮ ਸਮਝਿਆ, ਪਹਿਲਾਂ ਵੀ ਬਾਣੀ ਨੂੰ ਬਾਣੀ 'ਚੋਂ ਜਾਣਨਾ, ਗੁਰ ਕੀ ਬਾਣੀ ਗੁਰ ਤੇ ਜਾਤੀ, ਫਿਰ ਇੱਕ ਲਫ਼ਜ਼ ਦੇ ਅਨੇਕਾਂ ਹੀ ਅਰਥ ਹੁੰਦੇ ਆ, ਇਹ ਘੱਟੋ ਘੱਟ ਹਰੇਕ ਨੂੰ ਪਤਾ ਹੋਣਾ ਚਾਹੀਦਾ। ਇੱਕ ਲਫ਼ਜ਼ ਹੁੰਦਾ ਨਾ
ਵੀ ਇੱਕ ਲਫ਼ਜ਼ ਦੇ ਅਰਥ ਅਨੇਕਾਂ ਹੀ ਹੁੰਦੇ ਆ ਸ਼ਬਦ ਕੋਸ਼ਾਂ ਦੇ ਮੁਤਾਬਕ ਸਮਝਣ ਤਾਂ, ਪਰ ਇੱਕ ਥਾਂ ਤੇ ਇੱਕ ਅਰਥ ਹੁੰਦਾ ਹੈ। ਪ੍ਰਕਰਨ ਦੇ ਮੁਤਾਬਕ ਚੱਲ ਰਹੀ ਗੱਲਬਾਤ ਦੇ ਮੁਤਾਬਕ ਇੱਕ ਅਰਥ ਹੁੰਦਾ, ਨਹੀਂ ਤਾਂ ਇੱਕ ਲਫ਼ਜ਼ ਦੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਅਰਥ ਹੁੰਦੇ ਆ। ਸਮਝਣ ਵਾਸਤੇ ਮੈਂ ਉਦਾਹਰਣ ਦੇ ਦਿਆਂ, ਕਿਉਂਕਿ ਮੈਨੂੰ ਪਤਾ ਬਹੁਤਿਆਂ ਨੂੰ ਹੋ ਸਕਦਾ ਨਾ ਪਤਾ ਲੱਗੇ ਵੀ ਮੈਂ ਕੀ ਕਹਿਣਾ ਚਾਹੁੰਦਾ। ਦਾਸ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਜੋ ਮੈਂ ਕਹਿਣਾ ਚਾਹੁੰਦਾ ਉਹ ਸਾਰਿਆਂ ਨੂੰ ਸਮਝ ਆ ਜਾਵੇ ਹਰੇਕ ਨੂੰ। ਹੁਣ ਇੱਕ ਉਦਾਹਰਣ ਲੈ ਲਓ ਬਾਣੀ ਚੋਂ ਗੱਲ ਸਮਝਣ ਵਾਸਤੇ ਵੀ ਕੀ ਤੁਹਾਨੂੰ ਮੈਂ ਸਿਧਾਂਤ ਸਮਝਾਉਣਾ ਚਾਹੁੰਦਾ ਬਾਣੀ ਮੁਤਾਬਕ। ਵੀ ਜਿਸ ਤਰ੍ਹਾਂ ਇੱਕ ਲਫ਼ਜ਼ ਲੈ ਲਓ, ਪਹਿਲਾਂ ਆਪਾਂ ਅੰਮ੍ਰਿਤ ਇਹ ਲਫ਼ਜ਼ ਲੈ ਲਿਆ। ਆਓ ਹੁਣ ਸਮਝੋ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਇੱਥੇ ਗੁਰੂ ਜੀ ਨੇ ਮਨੁੱਖ ਤੇ ਚੋਟ ਮਾਰੀ ਹੈ ਵੀ ਐ ਮਨੁੱਖ, ਜੇ ਤੂੰ ਪਰਮਾਤਮਾ ਦੀ ਜਾਤ ਤੋਂ ਬਿਨਾਂ ਜਿਉਂ ਰਹੇ ਨਾਮ ਵਿਹੂਣੇ ਆਦਮੀ, ਤਾਂ ਤੇਰੇ ਨਾਲੋਂ ਪਸ਼ੂ ਵੀ ਚੰਗੇ ਆ ਜਿਹੜੇ ਤੂੜੀ ਖਲ ਖਾ ਕੇ ਦੁੱਧ ਦੇਈ ਜਾਂਦੇ ਆ। ਖੜ ਖਾਵੇ ਅੰਮ੍ਰਿਤ ਦੇ, ਹੁਣ ਲਫ਼ਜ਼ ਆ ਗਿਆ ਦੇਖੋ ਅੰਮ੍ਰਿਤ, ਪਰ ਇੱਥੇ ਅੰਮ੍ਰਿਤ ਦਾ ਇੱਕੋ ਇੱਕ ਅਰਥ ਦੁੱਧ ਬਣਵਾ, ਜਿਹਨੂੰ ਕਹਿੰਦੇ ਨੇ ਪ੍ਰਕਰਨ ਮੁਤਾਬਕ ਅਰਥ ਨੂੰ ਸਮਝ ਆ ਗਈ ਸਾਨੂੰ ਚੱਲ ਰਹੀ ਗੱਲਬਾਤ। ਇੱਥੇ ਅੰਮ੍ਰਿਤ ਲਫ਼ਜ਼ ਦੁੱਧ ਦੇ ਅਰਥਾਂ ਚ ਆਇਆ, ਲਫ਼ਜ਼ ਅੰਮ੍ਰਿਤ ਹੀ ਆ। ਇਵੇਂ ਜੇ ਸੁਖਮਨੀ ਸਾਹਿਬ ਪੜ੍ਹੋ, ਉੱਥੇ ਲਿਖਿਆ ਹੈ ਜਿਹੇ ਪ੍ਰਸਾਦ ਛੱਤ ਹੀ ਅੰਮ੍ਰਿਤ ਖਾਹੇ ਤਿਸ ਠਾਕਰ ਕਉ ਰੱਖ ਮਨ ਮਾਹੇ। ਇੱਥੇ ਅਰਥ ਕੀ ਬਣ ਗਿਆ, ਜਿਸ ਪਰਮਾਤਮਾ ਦੀ ਕਿਰਪਾ ਨਾਲ ਛੱਤੀ ਪ੍ਰਕਾਰ ਦੇ ਖਾਣੇ ਖਾਣਾ ਉਹਨੂੰ ਮਨ ਵਿੱਚ ਯਾਦ ਰੱਖਿਆ ਕਰ, ਸਿੱਧ ਹੋ ਗਿਆ ਲਫ਼ਜ਼। ਇੱਥੇ ਫਿਰ ਅੰਮ੍ਰਿਤ ਆ ਗਿਆ, ਦੇਖੋ ਛੱਤ ਹੀ ਅੰਮ੍ਰਿਤ, ਪਰ ਇੱਥੇ ਅਰਥ ਕੀ ਬਣ ਗਿਆ ਖਾਣਾ। ਇੱਦਾਂ ਅਨੇਕਾਂ ਅਰਥ ਹੁੰਦੇ ਨੇ ਇੱਕ ਸ਼ਬਦ, ਦੇਖੋ ਅੰਮ੍ਰਿਤ ਦਾ ਅਰਥ ਦੁੱਧ ਵੀ ਬਣ ਗਿਆ, ਅੰਮ੍ਰਿਤ ਦਾ ਅਰਥ ਖਾਣਾ ਵੀ ਬਣ ਗਿਆ। ਵੀ ਛੱਤੀ ਪ੍ਰਕਾਰ ਦੇ ਖਾਣੇ ਇੱਕ, ਚਲੋ ਵਿੱਚੋਂ ਹੀ ਰਮਜ ਦੇ ਜਾਵਾਂ ਆਪਾਂ ਇਹ ਵੀ ਸਮਝਣਾ ਨਾਲ ਨਾਲ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਛੱਕਦੇ ਹਾਂ। ਮੇਰੇ ਖਿਆਲ ਬਹੁਤਿਆਂ ਨੂੰ ਨਹੀਂ ਵੀ ਪਤਾ ਹੁੰਦਾ ਕਈ ਵਾਰੀ, ਖਾਸ ਕਰ ਅਮੀਰਾਂ ਨੂੰ, ਕਿਉਂ ਉਹਨਾਂ ਨੇ ਸੋਚਣਾ ਲੈ ਪਰਮਾਤਮਾ ਦੀ ਕਿਰਪਾ ਨਾਲ ਛਕਣ ਦੀ ਕੀ ਗੱਲ ਹੈ, ਪੈਸੇ ਦੀ ਖੇਡ ਹੈ, ਜੋ ਮਰਜ਼ੀ ਲੈ ਕੇ ਖਾ ਲਓ, ਬੋਲੋ ਸਤਨਾਮ। ਕਈਆਂ ਨੂੰ ਭੁਲੇਖਾ ਹੁੰਦਾ, ਨਹੀਂ ਜੀ ਮਾੜਾ ਜਿਹਾ ਧਿਆਨ ਕਰਿਓ, ਧਿਆਨ ਕਰਿਓ ਮਾੜਾ ਜਿਹਾ। ਕਈ ਲੱਖਾਂ ਕਰੋੜਾਂ ਪਤੀ ਐਸੇ ਨੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਇਕੱਠਾ ਹੋ ਜਾਂਦਾ, ਡਾਕਟਰ ਕਹਿੰਦਾ ਤੂੰ ਜੋ ਮਰਜ਼ੀ ਤੇਰੀ ਰਸੋਈ 'ਚ ਬਣੇ, ਸਾਹਮਣੇ ਰਸੋਈ ਦੇ ਬੈਠ ਕੇ ਨਾ ਤੂੰ ਦੇਖੀ ਤਾਂ ਭਾਵੇਂ ਜਾਇਆ ਕਰ ਵੀ ਸਾਡੀ ਰਸੋਈ 'ਚ ਅੱਜ ਆਹ ਵਰਾਇਟੀ ਬਣੀ ਹੈ, ਸਾਡੀ ਰਸੋਈ 'ਚ ਅੱਜ ਆਹ ਵਰਾਇਟੀ ਬਣੀ ਹੈ। ਕਹਿੰਦੇ ਦੇਖ ਸਕਦੇ ਹਾਂ, ਦੇਖੀ ਕਿਤੇ ਮੂੰਹ 'ਚ ਨਾ ਕੁਛ ਪਾ ਲਈ, ਬੋਲੋ ਸਤਨਾਮ। ਦਾਖਲ ਖਾਣਾ ਪੀਣਾ ਬੰਦ, ਕਰੋੜਾਂ ਪਤੀ ਖਾ ਨਹੀਂ ਸਕਦੇ, ਜਿੱਥੋਂ ਮਰਜ਼ੀ ਵੇਖ ਸਕਦੇ, ਕਰੋੜਾਂ ਪਤੀ ਨਹੀਂ ਖਾ ਸਕਦੇ, ਸੋਚੋ ਜਰਾ। ਜਿਸ ਕਰਕੇ ਉਹਦੀ ਕਿਰਪਾ ਨਾਲ ਹੀ ਛਕਦੇ ਹਾਂ, ਸ਼ੁਕਰਾਨਾ ਕਰਿਆ ਕਰੋ। ਉਸੇ ਦਾ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿੰਨੀ ਗੁਰੂ ਮਨਾਈਆ ਰੱਜ ਰੱਜ ਸਹੀ ਖਾਏ। ਤੇ ਛਕ ਕੇ ਕਰਦਿਆ ਕਰੋ ਸ਼ੁਕਰਾਨਾ ਵੀ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ਼, ਫਿਰ ਕਦੇ ਸੋਨੂੰ ਬੰਦ ਹਾਜਮਾ ਨਹੀਂ ਹੋਊਗਾ, ਬੋਲੋ ਸਤਨਾਮ। ਇਹ ਨੁਸਖ ਹੈ ਪੱਕਾ ਹੀ ਹਾਜਮੇ ਦਾ, ਰੋਜ਼ ਵਰਤਿਆ ਕਰੋ, ਪੱਕਾ ਰੂਟੀਨ ਹੀ ਬਣਾ ਲਓ, ਬਸ ਇਹ ਹਾਜਮੇ ਦਾ ਚੂਰਨਾ ਹੈ ਪੱਕਾ ਹੀ, ਇਹਨੂੰ ਪਕਾ ਕੇ ਲੈ ਜਾਓ, ਕਿਤੇ ਸੁਣ ਕੇ ਗੱਲ ਨੂੰ ਛੱਡਿਆ ਨਾ ਕਰੋ। ਤਾਂ ਤੇ ਰਹੋ ਵਿਚਾਰ ਗੱਲ ਚੱਲੀ ਸੀ ਉਸੇ ਪ੍ਰਕਰਨ ਤੇ, ਫਿਰ ਆ ਜਾਓ, ਤਾਂ ਵਿੱਚੋਂ ਪੁਆਇੰਟ ਆ ਗਿਆ ਸੀ। ਹੁਣ ਅੰਮ੍ਰਿਤ ਦਾ ਅਰਥ ਕੀ ਬਣ ਗਿਆ ਜੀ ਸੁਖਮਨੀ ਸਾਹਿਬ ਦੀ ਅਸਪਦੀ ਦੇ ਵਿੱਚ, ਖਾਣਾ ਉੱਥੇ ਸੋਠ ਰਾਗ ਦੇ ਵਿੱਚ ਪਾਠ ਵਿੱਚ ਕੀ ਬਣ ਗਿਆ, ਅੰਮ੍ਰਿਤ ਦਾ ਅਰਥ ਦੁੱਧ। ਹੋਰ ਪ੍ਰਮਾਣ ਲੈ ਲਓ, ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇੱਥੇ ਅਰਥ ਕੀ ਬਣ ਗਿਆ ਅੰਮ੍ਰਿਤ ਜਲ ਦਾ, ਸਾਫ਼ ਪਾਣੀ, ਬੋਲੋ ਸਤਨਾਮ। ਇੱਥੇ ਅੰਮ੍ਰਿਤ ਅਰਥ ਸਾਫ਼ ਹੈ, ਇਸ ਪੁਆਇੰਟ ਦੇ ਉੱਤੇ ਵੱਡੇ ਵੱਡੇ ਵਿਦਵਾਨ ਲੋਟ ਨਹੀਂ ਖਾ ਜਾਂਦੇ, ਕਹਿੰਦੇ ਲਿਖਿਆ ਤਾਂ ਪਿਆ ਜੀ ਅੰਮ੍ਰਿਤ ਜਲ ਅਰਥ ਕੀ ਹੈ, ਪ੍ਰਕਰਨ ਮੁਤਾਬਕ ਅਰਥ ਹੁੰਦਾ, ਅਰਥ ਹੈ ਸਾਫ਼ ਪਾਣੀ, ਨਿਰਮਲ। ਇੱਥੇ ਅੰਮ੍ਰਿਤ ਦਾ ਅਰਥ ਨਿਰਮਲ ਹੈ, ਇੱਥੇ ਸਾਫ਼ ਦਾ ਅਰਥ ਹੈ ਇੱਥੇ। ਤਾਂ ਤੇ ਕਿਤੇ ਅੰਮ੍ਰਿਤ ਜੋ ਮ੍ਰਿਤੂ ਤੋਂ ਰਹਿਤ ਕਰਕੇ ਭਾਵ ਆਤਮਕ ਜੀਵਨ ਦੇਣ ਵਾਲੀ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਿਤੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਪਰਮਾਤਮਾ ਦਾ ਨਾਮ ਇੱਥੇ ਕੀ ਅਰਥ ਬਣ ਗਿਆ ਕਿ ਜਨਮ ਮਰਨ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਅੰਮ੍ਰਿਤ, ਪ੍ਰਕਰਨ ਮੁਤਾਬਕ ਅਰਥ ਹੈ ਨਾ ਅੰਮ੍ਰਿਤ ਬਾਣੀ। ਜਿਸ ਕਰਕੇ ਖੰਡੇ ਦੀ ਪਹੁਲ ਨੂੰ ਵੀ ਅੰਮ੍ਰਿਤ ਕਹਿੰਦੇ ਨੇ, ਰਹਿਤ ਨਾਮਿਆਂ ਚ ਵਚਨ ਆ ਗਿਆ, ਉੱਥੇ ਅਰਥ ਕੀ ਬਣ ਗਿਆ ਅੰਮ੍ਰਿਤ ਦਾ, ਖੰਡੇ ਦੀ ਪਹੁਲ। ਜਿਵੇਂ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ,
ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸਾਂ ਦੀ ਸੰਭਾਲ ਕਰਨੀ, ਇਹ ਸਾਡੀ ਮੋਹਰ ਹੈ। ਇੱਥੇ ਕੀ ਅਰਥ ਬਣ ਗਿਆ? ਖੰਡੇ ਦਾ ਅੰਮ੍ਰਿਤ ਭਾਵ ਖੰਡੇ ਦੀ ਪਹੁਲ। ਪ੍ਰਕਰਨ ਮੁਤਾਬਕ ਤਾਂ ਤੇ ਮੇਰਾ ਖਿਆਲ ਹੁਣ ਸਾਰਿਆਂ ਨੂੰ ਸਿਧਾਂਤ ਸਮਝ ਆ ਗਿਆ, ਤਾਂ ਤੇ ਸਿੱਧ ਹੋ ਗਿਆ ਜੀ ਇੱਕ ਸ਼ਬਦ ਦੇ ਤਾਂ ਅਨੇਕਾਂ ਅਰਥ ਹੁੰਦੇ ਨੇ, ਪਰ ਪ੍ਰਕਰਨ ਦੇ ਮੁਤਾਬਕ ਪਤਾ ਲੱਗਦਾ ਵੀ ਇੱਥੇ ਸ਼ਬਦ ਕਿਸ ਅਰਥ ਵਿੱਚ ਵਰਤਿਆ ਗਿਆ। ਇੱਕ ਥਾਂ ਤੇ ਇੱਕੋ ਹੀ ਅਰਥ ਹੁੰਦਾ, ਜਿਵੇਂ ਅੰਮ੍ਰਿਤ ਦਾ ਤਾਂ ਦੁੱਧ ਹੀ ਆ ਉੱਥੇ ਤਾਂ ਵੀ ਖੜ ਖਾਵੇ ਅੰਮ੍ਰਿਤ ਦੇ। ਇਵੇਂ ਜੇ ਇੱਕ ਸੰਤ ਲਫ਼ਜ਼ ਅਨੇਕਾਂ ਅਰਥਾਂ ਦੇ ਵਿੱਚ ਆਇਆ ਬਾਣੀ ਦੇ ਵਿੱਚ, ਆਮ ਲੋਕਾਂ ਨੇ ਤਾਂ ਇਹੀ ਸਮਝਿਆ ਵੀ ਜੋਲਿਆਂ ਵਾਲੇ ਬਾਬਿਆਂ ਨੂੰ ਸੰਤ ਕਹਿੰਦੇ ਆ, ਆਮ ਨੇ ਤਾਂ ਇਹੀ ਸਮਝਿਆ ਨਾ, ਤੇ ਸਾਨੂੰ ਵੀ ਤੁਹਾਨੂੰ ਸਮਝਾਉਣ ਦੀ ਲੋੜ ਨੀ ਸੰਤ ਦਾ ਅਰਥ ਬਾਣੀ 'ਚ ਕਿਹੜੇ ਕਿਹੜੇ ਅਰਥਾਂ 'ਚ ਹੈ। ਕਿਉਂ? ਕਿਉਂਕਿ ਤੁਹਾਨੂੰ ਸੰਤ ਦਾ ਅਸਲੀ ਅਰਥ ਸਮਝ ਆ ਗਿਆ, ਹਾਏ ਸਾਡੇ ਡੇਰਿਆਂ ਦਾ ਕੀ ਬਣੂ, ਬੋਲੋ ਸਤਨਾਮ, ਫਿਰ ਸਾਡੇ ਤਾਂ ਹੌਲ ਪੈਣ ਲੱਗ ਜਾਂਦੇ ਆ। ਹੁਣ ਕਈਆਂ ਦੇ ਹੌਲ ਪੈਂਦੇ, ਹਾਏ ਭਾਈ ਬਦਰੋਲਾ ਤਾਂ ਬਾਣੀ 'ਚੋਂ ਦੱਸਣ ਲੱਗ ਗਿਆ ਅਰਥ ਕੀ ਬਣੂ। ਬਹੁਤ ਮੈਨੂੰ ਰਿਪੋਰਟਾਂ ਬੜੀਆਂ ਆਉਂਦੀਆਂ, ਬੜੇ ਕਹਿੰਦੇ ਹਾਏ ਹੁਣ ਕੀ ਬਣੂ, ਲੋਕਾਂ ਨੂੰ ਤਾਂ ਬਾਣੀ ਸਮਝਾਉਣ ਲੱਗ ਗਈ, ਲੋਕਾਂ ਨੂੰ ਤਾਂ ਬਾਣੀ ਸਮਝਾਉਣ ਲੱਗ ਗਈ, ਹੁਣ ਕੀ ਬਣਨਾ। ਸੋ ਸੱਚ ਜਾਣੋ ਇਹ ਹਾਲ ਹੁੰਦਾ ਹੈ। ਬਾਹਰੀ ਉਦਾਹਰਣ ਦੇ ਕੇ ਦੱਸਦੇ ਆ ਦ੍ਰਿਸ਼ਟਾਂਤ। ਕਹਿੰਦੇ ਸਾਇੰਸ ਨੇ ਨਾ ਐਸਾ ਟੀਕਾ ਬਣਾਤਾ, ਮੰਨ ਲਓ ਬਣਾ ਦੇਵੇ, ਚੱਲ ਉਦਾਹਰਣ ਗੱਲ ਸਮਝਣ ਵਾਸਤੇ, ਡੇਰੇਦਾਰਾਂ ਦਾ ਹਾਲ ਕੀ ਹੁੰਦਾ, ਐਸਾ ਟੀਕਾ ਮੰਨ ਲਓ ਸਾਇੰਸ ਬਣਾ ਦੇਵੇ ਨਾ ਵੀ ਲਓ ਜੀ ਆਹ ਟੀਕਾ ਲਾ ਦਿਓ ਜੰਮਦੇ ਬੱਚੇ ਦੇ, ਠੀਕ ਹੈ, ਮੁੜ ਕੇ ਸਾਰੀ ਉਮਰ ਜਵਾਕ ਬਿਮਾਰ ਨਹੀਂ ਹੋਊ। ਡਾਕਟਰਾਂ ਨੇ ਰੌਲਾ ਪਾਤਾ, ਕਹਿੰਦੇ ਟੀਕਾ ਬੰਦ ਹੋਣਾ ਚਾਹੀਦਾ, ਬੋਲੋ ਸਤਨਾਮ, ਤੇ ਲੋਕ ਹੈਰਾਨ ਹੋ, ਕਮਾਲ ਦੀ ਗੱਲ ਹੋ ਗਈ, ਲੋਕਾਂ ਦਾ ਇਲਾਜ ਕਰਦੇ ਲੱਗਦੇ ਸੀ, ਆਹ ਕੀ ਗੱਲ ਬਣ ਗਈ, ਚਾਹੁੰਦੇ ਨੀ ਲੋਕ ਬਤਾਜੀ ਹੋ ਜਾਣਾ, ਹਾਂ ਕੀ ਬਣ ਗਿਆ, ਡਾਕਟਰ ਕਹਿੰਦੇ ਟੀਕਾ ਬੰਦ ਹੋਣਾ ਚਾਹੀਦਾ, ਕਿਹੜਾ ਟੀਕਾ, ਕਹਿੰਦੇ ਜੰਮਦੇ ਜਵਾਕ ਨੂੰ ਲਾ ਦਿਓ ਮੁੜ ਕੇ ਨੀ ਬਿਮਾਰ ਹੋਣਾ। ਤੇ ਫਿਰ ਉਹਨਾਂ ਨੇ ਨਾ ਉਸ ਟੀਕੇ ਦੇ ਖਿਲਾਫ਼ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ, ਰਮਜ ਇਹ ਕਹਿੰਦੇ ਟੀਕਾ ਨਾ ਲਵਾਇਓ ਜਵਾਕ ਮਰ ਵੀ ਜਾਂਦਾ ਹੁੰਦਾ ਹੈ, ਬੋਲੋ ਸਤਨਾਮ, ਲੋਕਾਂ ਨੂੰ ਡਰ ਪਾਉਣਾ ਸ਼ੁਰੂ ਕਰਤਾ ਜਾਣ ਕੇ, ਉਹ ਤਾਂ ਕਹਿੰਦੇ ਬਿਮਾਰ ਨਹੀਂ ਹੁੰਦਾ, ਕਹਿੰਦੇ ਟੀਕਾ ਨਾ ਲਵਾ ਲਿਓ ਕਿਤੇ ਮਰ ਵੀ ਜਾਂਦਾ ਹੁੰਦਾ ਜਵਾਕ ਇਹਦੇ ਨਾਲ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਹਾਏ ਜਿਹਦੇ ਟੀਕਾ ਲੱਗ ਗਿਆ ਮੁੜ ਕੇ ਸਾਰੀ ਉਮਰ ਬਿਮਾਰ ਨਹੀਂ ਹੁੰਦਾ, ਇਹ ਟੀਕਾ ਬੜਾ ਖਤਰਨਾਕ ਹੈ, ਹਾਏ ਸਾਡੇ ਹਸਪਤਾਲਾਂ ਦਾ ਕੀ ਬਣੂਗਾ, ਬੋਲੋ ਸਤਨਾਮ। ਦ੍ਰਿਸ਼ਟਾਂਤ ਨਾਲ ਨਾ ਗੱਲ ਚੀਹਣ 'ਚ ਪੈ ਜਾਂਦੀ ਹੈ, ਇਹ ਹਾਲਤ ਹੁੰਦੀ ਹੈ, ਇਹ ਹਾਲਤ ਹੁੰਦੀ ਹੈ ਧਰਮ ਦੇ ਠੇਕੇਦਾਰਾਂ ਦੀ, ਇਹ ਹਾਲਤ ਹਾਏ ਸਾਡੇ ਹਸਪਤਾਲਾਂ ਦਾ ਕੀ ਬਣਨਾ, ਕੀ ਬਣੂ ਸਾਡੇ ਹਸਪਤਾਲਾਂ ਦਾ, ਸੋਚੋ ਜਰਾ। ਤਾਂ ਤੇ ਇਹਨਾਂ ਗੱਲਾਂ ਨੂੰ ਸਮਝਿਓ, ਪਰ ਗੁਰਬਾਣੀ ਕਿਹੋ ਜਿਹਾ ਟੀਕਾ ਨਾ, ਜਿਹਨੇ ਸਮਝ ਲਈ ਮੁੜ ਕੇ ਉਹ ਧਰਮ ਦੇ ਨਾਂ ਤੇ ਲੁੱਟਿਆ ਨਹੀਂ ਜਾਂਦਾ, ਬੋਲੋ ਸਤਨਾਮ, ਮੁੜ ਕੇ ਨਹੀਂ ਲੁੱਟਿਆ ਜਾਂਦਾ, ਬਸ ਜਿਹਨੇ ਸਮਝ ਲਈ ਉਹਦੀ ਗੱਲ ਹੈ, ਜਿਹਨੇ ਗਿਣਤੀਆਂ ਮਿਣਤੀਆਂ ਪੂਰੀਆਂ ਕੀਤੀਆਂ ਪੂਰੀਆਂ ਕਰਤੀਆਂ ਨਾ, ਉਹਨੂੰ ਤਾਂ ਕੀ ਪਤਾ ਲੱਗਦਾ, ਸੋਚੋ ਜਰਾ। ਤਾਂ ਤੇ ਜਿਹਨੇ ਸਮਝ ਲਈ ਬਾਣੀ, ਬਸ ਐਸਾ ਟੀਕਾ ਹੈ, ਮੁੜ ਕੇ ਦੇਹਵਾਦ ਦੇ ਵਿੱਚ ਨਹੀਂ ਪੈਂਦਾ, ਰਹੋ ਵਿਚਾਰ। ਇਸ ਟੀਕੇ ਦੇ ਖਿਲਾਫ਼ ਫਿਰ ਨਾ ਬੜੇ ਹੁੰਦੇ ਨੇ ਪ੍ਰਚਾਰ ਕਰਨ ਵਾਲੇ, ਟੀਕਾ ਲਾਉਣ ਵਾਲਿਆਂ ਦੇ ਖਿਲਾਫ਼ ਵੀ ਪ੍ਰਚਾਰ ਕਰਨ ਵਾਲੇ ਬਥੇਰੇ ਹੁੰਦੇ ਨੇ, ਬਥੇਰੀ ਤਕਲੀਫ਼ ਹੁੰਦੀ ਹੈ ਵੀ ਬੰਦ ਹੋਣਾ ਚਾਹੀਦਾ ਟੀਕਾ, ਇਹ ਰਹੋ ਵਿਚਾਰ। ਇਹ ਸੀ ਬਾਹਲੀ ਦ੍ਰਿਸ਼ਟਾਂਤ। ਹਾਂਜੀ ਆਓ, ਉਹ ਮੈਂ ਸੰਖੇਪ 'ਚ ਹੁਣ ਕਹਾਂ, ਗੁਰਬਾਣੀ ਦੇ ਵਿੱਚ ਸੰਤ ਲਫ਼ਜ਼ ਪੰਜ ਅਰਥਾਂ ਵਿੱਚ ਆਇਆ, ਪਹਿਲਾਂ ਮੈਂ ਚਾਰ ਕਹਿੰਦਾ ਸੀ, ਇੱਕ ਅਰਥ ਵਿੱਚ ਹੋਰ ਜੋੜਤਾ, ਹੁਣ ਇਹ ਚੈਨਲ ਦੀ ਕਥਾ 'ਚ ਵੀ ਦੱਸਿਆ ਸੀ, ਵਾਰ ਵਾਰ ਦੱਸਣਾ ਪੈਂਦਾ। ਪਹਿਲਾ ਅਰਥ ਹੈ ਜੀ ਸੰਤ ਲਫ਼ਜ਼ ਦਾ ਪ੍ਰਕਰਨ ਮੁਤਾਬਕ, ਕਿਉਂਕਿ ਹੁਣ ਪਤਾ ਤਾਂ ਲੱਗ ਗਿਆ ਸਭ ਨੂੰ ਵੀ ਇੱਕ ਸ਼ਬਦ ਦੇ ਕਿੰਨੇ ਅਰਥ ਹੁੰਦੇ, ਉਦਾਹਰਣ ਦੇ ਤੀ। ਪਰਮਾਤਮਾ ਦੇ ਅਰਥ ਵਿੱਚ ਵੀ ਸੰਤ ਲਫ਼ਜ਼ ਬਹੁਤ ਥਾਵਾਂ 'ਤੇ ਆਇਆ ਬਾਣੀ 'ਚ, ਕੀ ਸੋਚਣਗੇ, ਹੈ ਕਮਾਲ ਹੈ, ਮਾਈਆਂ ਨੇ ਵੀ ਸੋਚਣਾ ਵੀ ਹੈ ਬਾਣੀ ਦੇ ਵਿੱਚ ਸੰਤ ਪਰਮਾਤਮਾ ਨੂੰ ਵੀ ਕਿਹਾ, ਅਸੀਂ ਤਾਂ ਇਕੱਲੇ ਚੋਲੇ ਵਾਲੇ ਬਾਬਿਆਂ ਨੂੰ ਸੰਤ ਸਮਝਦੇ ਸੀਗੇ। ਹੁਣ ਕੀ ਲਿਖਿਆ ਬਾਣੀ ਦੇ ਵਿੱਚ, ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ, ਕਹਿੰਦੇ ਕਰਮ ਖੁੱਲ ਗਿਆ, ਗੁਰੂ ਨੇ ਸੰਤ ਭਾਵ ਪਰਮਾਤਮਾ ਮਿਲਾ ਦਿੱਤਾ, ਮਿਲਿਆ ਕਿੱਥੋਂ, ਆ ਸਰੀਰ ਰੂਪੀ ਘਰ ਦੇ ਵਿੱਚ ਵੀ ਮਿਲ ਗਿਆ, ਬੋਲੋ ਸਤਨਾਮ, ਪ੍ਰਭ ਅਵਨਾਸੀ ਘਰ ਮੈਂ ਪਾਇਆ। ਇੱਕ ਪੰਕਤੀ ਇੱਕ ਦੂਜੇ ਨਾਲ ਸੰਬੰਧਿਤ ਹੁੰਦੀ ਹੈ, ਇੱਥੇ ਕੀ ਅਰਥ ਬਣ ਗਿਆ, ਗੁਰੂ ਨੇ ਸੰਤ ਮਿਲਾਇਆ, ਤੇ ਗੁਰੂ ਨੇ ਕਿਹੜਾ ਸੰਤ ਮਿਲਾਇਆ, ਹੋਰ ਗੁਰੂ ਤੋਂ ਵੱਡਾ ਸੰਤ ਕਿਹੜਾ ਹੈ, ਭਾਵੇਂ ਇੱਥੇ ਅਰਥ ਕੀ ਬਣ ਗਿਆ, ਇੱਥੇ ਲਫ਼ਜ਼ ਹੈ ਪ੍ਰਕਰਨ ਮੁਤਾਬਕ ਅਰਥ, ਇੱਥੇ ਅਰਥ ਬਣੂ ਗੁਰੂ ਨੇ ਪਰਮਾਤਮਾ ਮਿਲਾਇਆ, ਮਿਲਿਆ ਕਿੱਥੋਂ, ਅਗਲੀ ਪੰਕਤੀ ਦੱਸ ਦਿੱਤਾ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸਿੱਧ ਹੋ ਗਿਆ ਬਾਣੀ ਤੋਂ, ਤੇ ਗੁਰੂ ਨੇ ਰਾਲੇ ਨੂੰ ਹੁਸ਼ਿਆਰੀ ਹੈ ਜੇ ਜਾਣ ਦਿਓ ਲਗਾ ਮਾਤਰਾਂ ਦੇ ਭੇਦ, ਗੁਰੂ ਨੇ ਕਈ ਦਾ ਅਰਥ ਪਤਾ ਕੀ ਕਰਦੇ ਆ, ਸੰਤਾਂ ਨੇ ਗੁਰੂ ਮਿਲਾਇਆ, ਕਿਉਂਕਿ ਨਾ ਕਿਸੇ ਨੇ ਪੁੱਛਣਾ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ, ਕਈ ਭਾਗ ਹੋਆ ਗੁਰ ਸੰਤ ਮਿਲਾਇਆ, ਉਹ ਤਾਂ ਬਣਦਾ ਜੇ ਤੱਤੇ ਨੂੰ ਹੁਸ਼ਿਆਰੀ ਹੁੰਦੀ ਤੇ ਗੱਗੇ ਦੇ ਰਾਰੇ ਨੂੰ ਔਂਕਣ ਹੁੰਦੀ, ਇੱਥੇ ਰਾਰੇ ਨੂੰ ਹੁਸ਼ਿਆਰੀ ਹੈ ਗੁਰੂ ਨੇ, ਗੁਰ ਇੰਨੇ ਗੱਲਾਂ ਖੋਜਣੀਆਂ ਪੈਂਦੀਆਂ, ਗੁਰੂ ਨੇ
ਤੱਤੇ ਨੂੰ ਔਂਕੜਾ ਹੈ। ਨੋਟ ਕਰਿਓ ਉੱਥੇ ਇੱਕ ਵਚਨ ਵਿਸ਼ੇਸ਼ਣ, ਤਾਂ ਤੇ ਗੁਰੂ ਨੇ ਸੰਤ ਭਾ ਪਰਮਾਤਮਾ ਮਿਲਾਇਆ। ਕਿੱਥੋਂ ਮਿਲਾਇਆ? ਪ੍ਰਭ ਅਵਿਨਾਸੀ ਘਰ ਮੈਂ ਪਾਇਆ। ਗੁਰ ਸ਼ਬਦ ਨਾਲ ਜੁੜ ਕੇ ਹੀ ਅਸੀਂ ਅੰਦਰ ਪਰਮਾਤਮਾ ਨਾਲ ਜੁੜਦੇ ਹਾਂ ਨਾ, ਤਾਂ ਤੇ ਸਿੱਧ ਹੋ ਗਿਆ। ਇੱਕ ਰਮਜ ਹੋਰ ਦੇ ਦਾਂ ਵਿੱਚ ਹੀ, ਵੈਸੇ ਤਾਂ ਗਲਤ ਆਪਾਂ ਸੰਤ ਲਾ ਸਮਝਦਾ, ਇੱਕ ਥਾਂ ਤੇ ਮੈਂ ਇਹ ਕਿਹਾ, ਮੈਂ ਜੀ ਗੱਲ ਤੁਹਾਨੂੰ ਕਹੀ ਹੈ। ਤੇ ਭਾਈ ਕਿਸੇ ਨੇ ਜਾ ਕੇ ਨਾ ਕਿਸੇ ਬਾਬੇ ਨੂੰ ਇਹ ਬਾਣੀ ਦੀ ਪੰਕਤੀ ਦੇ ਅਰਥ ਸੁਣਾਏ। ਕਿਸੇ ਬਾਬੇ ਦਾ ਚੇਲਾ ਆਇਆ ਸੀ ਦੀਵਾਨਾਂ 'ਚ, ਉਹਨੇ ਨਾ ਇਹ ਗਹਿਰਾਈ ਸਮਝਣ ਦੀ ਬਜਾਏ ਪਤਾ ਉਹਨੂੰ ਕੀ ਕਹਿੰਦਾ, ਕਹਿੰਦਾ ਐਵੇਂ ਨਾ ਸੁਣਿਆ ਕਰੋ ਭਾਈ, ਬਹੁਤਾ ਰੌਲਾ ਤਾਂ ਕਿਤਾਬੀ ਕੀੜਾ ਹੈ, ਬੋਲੋ ਸਤਨਾਮ। ਕਹਿੰਦਾ, ਨੋਟ ਕਰਿਓ, ਕੀ ਗੁਰਬਾਣੀ ਦੀ ਖੋਜ ਕਿਤਾਬੀ ਕੀੜਾ, ਦੱਸ ਦਿਓ ਮੈਨੂੰ। ਇਹੋ ਜਿਹੀ ਸ਼ਬਦਾਵਲੀਆਂ ਵਰਤੀਆਂ ਜਾਂਦੀਆਂ। ਸੋਚੋ ਜਰਾ, ਕਿਤਾਬੀ ਕੀੜਾ ਕੀ ਹੁੰਦਾ? ਜਿਹੜੀਆਂ ਦੁਨੀਆਂ ਦੀਆਂ ਗਲਤ ਉਰਲ ਪਰ ਲਿਖਤਾਂ ਪੜ੍ਹਦਾ ਰਹਿੰਦਾ ਹੈ, ਬੋਲੋ ਸਤਨਾਮ। ਜਿਹੜੇ ਬਕਵਾਸ ਪੜ੍ਹਦੇ ਰਹਿੰਦੇ ਆ, ਬਕਵਾਸ ਕੀ ਗੁਰਬਾਣੀ ਦੀ ਖੋਜ, ਸੋਚੋ ਜਰਾ। ਤੇ ਫਿਰ ਮੈਂ ਉਸਨੂੰ ਜਵਾਬ ਦਿੱਤਾ, ਸੁਭਾਅ ਮੇਰਾ ਸਦਾ ਜਾਈ ਹੈ, ਜੇ ਮੈਨੂੰ ਦੱਸਿਆ ਉਸਨੇ, ਮੈਂ ਤੂੰ ਜਾ ਕੇ ਐਂ ਕਹਿ ਦੀ, ਕਿਉਂਕਿ ਉਹਨੇ ਕਿਹਾ ਸੀ ਨਾ, ਚਲੋ ਹੁਣ ਕਹੂੰ ਆ, ਮੈਂ ਤੂੰ ਜਾ ਕੇ ਬਾਬੇ ਨੂੰ ਕਹਿੰਦੇ ਵੀ ਬਾਬਾ ਪੰਥਪਰੀ ਤਾਂ ਐਂ ਕਹਿੰਦਾ ਵੀ ਉਹ ਬਾਬਾ ਮਿਸ਼ਰੀ ਦਾ ਕੀੜਾ ਹੈ, ਬੋਲੋ ਸਤਨਾਮ। ਮੁੜ ਕੇ ਘੁੱਗੀ ਕਹਿ ਹੋ ਗਈ ਬਾਬੇ ਦੀ, ਕਹਿੰਦੇ ਇਹਨੂੰ ਨਪਤੰਦਰ ਨੂੰ ਛੇੜਿਆ ਕਰੋ। ਮੈਂ ਆ ਜਾਓ ਮਲਾਣ 'ਚ, ਆ ਜਾਓ ਲੱਗ ਜੂ ਪਤਾ ਫਿਰ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਜਿਹਦਾ ਮਿਸ਼ਰੀ ਨਾਲ ਕੰਮ ਚੱਲਦਾ ਹੈ ਉਹਨੂੰ ਕੀ ਲੋੜ ਪਈ ਹੈ ਗੁਰਬਾਣੀ ਦੀਆਂ ਲਗਾਮਾਤਰਾਂ ਦੀ ਗੱਲ ਕਰਨ ਦੀ, ਕੀ ਲੋੜ ਹੈ ਗੁਰਬਾਣੀ ਦੀ ਡੂੰਘਾਈ ਦੀ ਗੱਲ ਕਰਨ ਦੀ? ਗੁਰਬਾਣੀ ਦੀ ਖੋਜ ਕਿਤਾਬੀ ਕਿਹੜਾ? ਜਵਾਨ ਬੰਦ ਕਰੋ ਆਪਣੀ, ਸਾਡੇ ਬਾਬਿਆਂ ਨੂੰ ਕਹਿਣਾ ਹੁਣ ਬੰਦ ਕਰੋ ਆਪਣੀ ਜਵਾਨ ਨੂੰ, ਐਡਾ ਵੱਡਾ ਖਜ਼ਾਨਾ ਸਾਨੂੰ ਕਾਹਦੇ ਵਾਸਤੇ ਦਿੱਤਾ ਹੈ? ਵਿਚਾਰ ਵਾਸਤੇ ਦਿੱਤਾ ਹੈ। ਕੀ ਲਿਖਿਆ? ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਵੀ ਜਿੱਤਰ ਸ਼ਬਦ ਨਾ ਕਰੇ ਵਿਚਾਰ। ਮੇਰੇ ਗੁਰਦੇਵ ਤਾਂ ਕਹਿੰਦੇ ਨੇ, ਜਿੰਨੀ ਦੇਰ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਤੁਹਾਡਾ ਖਹਿੜਾ ਨਹੀਂ ਫੁੱਟਣਾ, ਬੋਲੋ ਸਤਨਾਮ। ਆਹ ਦੇਖੋ ਫੈਸਲਾ ਬਾਣੀ ਦਾ, ਇੱਥੇ ਗੁਰਬਾਣੀ ਦੀ ਵਿਚਾਰ ਨੂੰ ਕਿਤਾਬੀ ਕੀੜੇ ਦੱਸਿਆ ਜਾ ਰਿਹਾ ਹੈ, ਜਿਹਦਾ ਸਿਰ ਪਲੂਸ ਕੇ ਕੰਮ ਚੱਲੇ ਵੀ ਸੇ ਫੜਾ ਤਾਂ ਕਿਸੇ ਨੂੰ ਕਿਸੇ ਜਵਾਬ ਦੇ, ਕੀ ਲੋੜ ਪਈ ਹੈ, ਕੀ ਲੋੜ ਪਈ ਹੈ ਗੁਰਬਾਣੀ ਦੀ? ਤਾਂ ਤੇ ਇੱਕ ਇੱਕ ਲੰਗ ਮਾਤਰ ਵਿੱਚ ਗਹਿਰੇ ਭੇਦ ਛੁਪੇ ਹੋਏ ਨੇ। ਕਈ ਕਹਿਣਗੇ ਜੀ ਲਗਾ ਮਾਤਰਾਂ ਦੇ ਭੇਦ ਦਾ ਕੋਈ ਮਤਲਬ ਨਹੀਂ, ਤੇ ਤਾਂ ਕਿਵੇਂ ਮਤਲਬ ਨਹੀਂ? ਜਿਵੇਂ ਇੱਕ ਉਦਾਹਰਨ ਹੋਰ ਦੇਵਾਂ, ਹੁਣ ਜਿਵੇਂ ਜਪਜੀ ਸਾਹਿਬ ਦੇ ਵਿੱਚ ਬਚਨ ਆ ਗਿਆ, ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਉੱਥੇ ਇੱਕ ਹੁਕਮੀ, ਇੱਕ ਲਫ਼ਜ਼ ਆ ਜਿਹੜਾ, ਉੱਥੇ ਈੜੀ ਨੂੰ ਵੀ ਹੁਸ਼ਿਆਰੀ ਹੈ, ਕੱਕੇ ਨੂੰ ਵੀ ਹੁਸ਼ਿਆਰੀ ਹੈ। ਉਹ ਕੱਕੇ ਨੂੰ ਹੁਸ਼ਿਆਰੀ ਕੀ ਦੱਸਦੀ ਹੈ? ਕੱਕੇ ਨੂੰ ਹੁਸ਼ਿਆਰੀ ਦੱਸਦੀ ਹੈ ਵੀ ਇਹ ਇੱਕ ਵਚਨ ਨਹੀਂ, ਇਹ ਬਹੁ ਵਚਨ ਹੈ, ਇੱਥੇ ਇੱਕ ਦਾ ਅਰਥ ਕਈ ਹੈ, ਬੋਲੋ ਸਤਨਾਮ। ਜੇ ਕੱਕੇ ਨੂੰ ਹੁਸ਼ਿਆਰੀ ਨਾ ਹੁੰਦੀ ਤਾਂ ਅਰਥ ਕਈ ਕਿਵੇਂ ਬਣਦਾ? ਦੱਸੋ ਮੈਨੂੰ, ਦਿਓ ਜਵਾਬ। ਫਿਰ ਕਈ ਅਰਥ ਨਹੀਂ ਬਣਦਾ ਸੀ, ਕਈ ਦਾ ਅਰਥ ਤਾਂ ਹੀ ਬਣਿਆ ਜੇ ਕੱਕੇ ਨੂੰ ਹੁਸ਼ਿਆਰੀ ਹੈ, ਤਾਂ ਬਹੁ ਵਚਨ ਬਣਿਆ ਉਹ। ਉੱਥੇ ਇੱਕ ਦਾ ਅਰਥ ਕਈ ਹੈ, ਇੱਕ ਨਹੀਂ ਅਰਥ, ਉੱਥੇ ਉਚਾਰ ਨਿੱਕੀ ਹੈ, ਪਰ ਅਰਥ ਕੀ ਹੈ ਉੱਥੇ? ਕਈ, ਇੱਕ ਹੁਕਮੀ ਸਦਾ ਭਵਾਈਆ ਹੈ, ਬਹੁ ਵਚਨ ਆ ਗਿਆ ਨਾ, ਇੱਕ ਦਾ ਅਰਥ ਕਈ, ਕਈ ਇੱਥੇ, ਤੇ ਕਈ ਤਾਂ ਅਰਥ ਬਣਿਆ ਇੱਥੇ, ਉਚਾਰਨ ਤਾਂ ਇੱਕ ਹੀ ਹੈ। ਤੇ ਫਿਰ ਜੇ ਲਗਾ ਮਾਤਰਾ ਦਾ ਕੋਈ ਗਹਿਰਾ ਭੇਦ ਜਿਹੜੇ ਕਹਿੰਦੇ ਆ, ਫਿਰ ਕੱਕੇ ਨੂੰ ਹੁਸ਼ਿਆਰੀ ਲਾਉਣ ਦੀ ਕੀ ਲੋੜ ਸੀ? ਉਚਾਰਨ ਤਾਂ ਕੀ ਹੈ? ਕੀ ਨੂੰ ਹੁਸ਼ਿਆਰੀ ਕੱਕਾ ਪਾ ਦੇ, ਕੀ ਹੈ ਫਿਰ ਤਾਂ? ਉਚਾਰਨ ਤਾਂ ਉਹੀ ਹੈ ਫਿਰ, ਕੱਕੇ ਨੂੰ ਹੁਸ਼ਿਆਰੀ ਨਹੀਂ ਦੱਸਿਆ। ਜਿਵੇਂ ਇੱਕ ਦੋ ਰਮਜਾਂ ਹੋਰ ਦੇਵਾਂ, ਤਿੰਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਉੱਥੇ ਵਿਚਾਰ ਦੇ ਰਾਲੇ ਨੂੰ ਹੁਸ਼ਿਆਰੀ ਹੈ। ਵਿਚਾਰ ਦੁਬਾਰਾ ਗੁਰੂ ਦਾ ਦਰਸ਼ਨ ਕਰਨ ਦੇ ਨਾਲ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਦੁਬਾਰਾ ਦਾ ਅਰਥ ਕਿੱਥੋਂ ਆਇਆ? ਹੁਸ਼ਿਆਰੀ ਦੇ ਵਿੱਚੋਂ ਨਿਕਲਿਆ, ਵਿਚਾਰ ਦੁਬਾਰਾ ਦਰਸ਼ਨ ਕਰਨਾ ਹੈ। ਤਾਂ ਤੇ ਏਦਾਂ ਇੱਕ ਇੱਕ ਰਮਜ ਅਸੀਂ ਸਮਝਣੀ ਹੈ। ਹੋਰ ਇੱਕ ਪ੍ਰਮਾਣ ਦੇ ਦੇਵਾਂ, ਜਿਵੇਂ ਇੱਕੋ ਲਫ਼ਜ਼ ਅੱਡ ਅੱਡ ਮਾਤਰਾ 'ਚ ਕਿਵੇਂ ਆਉਂਦਾ, ਜਿਵੇਂ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜੰਗ ਉੱਧਰ ਹੈ, ਬਿਰਲਾ ਬੂਝੈ ਕੋਈ। ਇੱਥੇ ਤਿੰਨ ਵਾਰੀ ਆਹਰ ਲਫ਼ਜ਼ ਆ ਗਿਆ, ਪਰ ਅਲੱਗ ਅਲੱਗ ਮਾਤਰਾ ਦੇ ਵਿੱਚ ਹੈ ਲਫ਼ਜ਼, ਉਚਾਰ ਤਾਂ ਇੱਕੋ ਆਹਰ ਹੀ ਹੈ ਨਾ। ਫਿਰ ਜੇ ਇੱਕੋ ਆਹਰ ਉਚਾਰਨ ਹੈ ਤੇ ਮਾਤਰਾਵਾਂ ਅੱਡ ਅੱਡ ਕਿਵੇਂ ਆ ਗਈਆਂ? ਜਿਵੇਂ ਉਸ ਨੂੰ ਦੱਸਾਂ, ਕਹਿੰਦੇ ਆਹਰ ਸਭ ਕਰਦਾ ਫਿਰ ਹੈ, ਸਭ ਇੱਥੇ ਬਹੁ ਵਚਨ 'ਚ ਆ ਗਿਆ ਨਾ, ਇੱਥੇ ਆਹਰ ਦਾ ਜਿਹੜਾ ਰਾਰਾ ਹੈ ਇਹ ਜਾਣੀ ਕਿ ਮੁਕਤ ਹੈ। ਪੜ੍ਹ ਕੇ ਵੇਖ ਲਿਓ, ਆਹਰ ਸਭ ਕਰਦਾ ਫਿਰ ਹੈ, ਆਹਰ ਇੱਕ ਨਾ ਹੋਏ, ਇੱਕ ਆਹਰ ਨਹੀਂ ਹੁੰਦਾ, ਇੱਥੇ ਔਂਕੜਾ ਗਈ। ਨਾਨਕ ਜਿੱਤ ਆਹਰ ਜਾਂ ਗੁੱਧਰ ਹੈ, ਜਿਹੜੇ ਆਹਰ ਦੁਆਰਾ, ਇੱਥੇ ਰਾਰੇ ਨੂੰ ਹੁਸ਼ਿਆਰੀ ਹੈ, ਆਹਰ ਦੇ ਜਦੋਂ ਮਰਜ਼ੀ ਵੇਖ ਲਿਓ, ਜਾ ਕੇ ਵੇਖ ਲਿਓ ਗੱਲਾਂ, ਉੱਥੇ ਰਾਰੇ ਨੂੰ ਹੁਸ਼ਿਆਰੀ ਆ ਗਈ, ਆਹਰ ਦੇ ਉਚਾਰਨ ਆਹਰ ਹੀ ਹੈ। ਨਾਨਕ ਜਿੱਤ ਆਹਰ ਜਗ ਉੱਧਰ ਹੈ, ਜਿਹੜੇ ਆਹਰ ਦੁਬਾਰਾ ਯਤਨ ਦੁਬਾਰਾ ਆਧਾਰ ਹੁੰਦਾ ਹੈ, ਕਹਿੰਦੇ ਉਸ ਆਹਰ ਨੂੰ ਕੋਈ ਕੋਈ ਜਾਣਦਾ, ਨਹੀਂ ਤਾਂ ਦੁਨੀਆਂ ਹੋਰ ਹੀ ਆਹਰ ਕਰਦੀ ਫਿਰਦੀ ਹੈ, ਇੱਕੋ ਇੱਕ ਆਹਰ ਕੋਈ ਕਰਦਾ, ਬੋਲੋ ਸਤਨਾਮ। ਹੁਣ ਆਹਰ ਦੁਬਾਰਾ ਦਾ ਅਰਥ ਕਿਵੇਂ ਹੋਇਆ? ਉੱਥੇ ਰਾਰੇ ਨੂੰ ਹੁਸ਼ਿਆਰੀ ਆ ਗਈ। ਤੇ ਜੇ ਲਗਾ ਮਾਤਰਾ ਦਾ ਗਹਿਰਾ ਭੇਦ ਨਹੀਂ, ਤਾਂ ਦੱਸੋ ਫਿਰ ਆਹਰ ਲੱਭ ਜੇ ਇੱਥੇ ਤਿੰਨ ਮਾਤਰਾਵਾਂ ਦੇ ਵਿੱਚ ਕਿਵੇਂ ਆ ਗਿਆ? ਕਿਤੇ ਆਹਰ ਦਾ ਰਾਰਾ ਮੁਕਤਾ, ਕਿਤੇ ਰਾਰੇ ਨੂੰ ਔਂਕੜ, ਕਿਤੇ ਰਾਰੇ ਨੂੰ ਹੁਸ਼ਿਆਰੀ। ਜਵਾਬ ਹੈ ਕਿਸੇ ਕੋਲੇ?
ਕਿਸੇ ਕੋਲ ਜਵਾਬ ਨਹੀਂ ਹੋਣਾ। ਕਿਉਂ? ਕਿਉਂਕਿ ਸੱਚ ਦਾ ਜਵਾਬ ਹੁੰਦਾ ਹੀ ਨਹੀਂ। ਬੋਲੋ ਸਤਨਾਮ ਸ਼੍ਰੀ। ਸੱਚ ਦਾ ਜਵਾਬ ਨਹੀਂ ਹੁੰਦਾ, ਯਾਦ ਰੱਖਿਓ। ਜਿਸ ਕਰਕੇ ਦਾਸ ਥਾਂ ਥਾਂ ਕਹਿੰਦਾ ਹੁੰਦਾ ਹੈ ਗੁਰਬਾਣੀ ਨੂੰ ਗਹਿਰੇ ਰੂਪ ਚ ਸਮਝੋ, ਇਹ ਬਹੁਤ ਰੂਹਾਨੀਅਤ ਦਾ ਗਹਿਰਾ ਖਜ਼ਾਨਾ ਸਾਨੂੰ ਗੁਰੂ ਨੇ ਦਿੱਤਾ ਹੈ। ਪਰ ਸਿੱਖਾਂ ਚ ਗੁਰਬਾਣੀ ਨੂੰ ਨਾ ਸਮਝਣ ਦੀ ਰੁਚੀ ਖਤਮ ਹੋ ਗਈ। ਕਿਉਂ ਰੁਚੀ ਖਤਮ ਹੋ ਗਈ? ਗਿਣਤੀ ਦੇ ਪਾਠਾਂ ਨੂੰ ਰੁਚੀ ਖਤਮ ਕਰਤੀ। ਜਾਂ ਤਾਂ ਬਸ ਬਾਣੀ ਪੜ੍ਹਨ ਸੁਣਨ ਦੀ ਲੋੜ ਮੁਕਾਤੀ, ਤੁਸੀਂ ਫੀਸ ਜਮ੍ਹਾਂ ਕਰਾ ਦਿਓ, ਸਾਡੇ ਕੋਲ ਹੁਕਮਨਾਮਾ ਘਰ ਹੀ ਘੱਲ ਦਿਆਂਗੇ। ਤੇ ਜਾਂ ਫਿਰ ਅੰਨੇਵਾਹ ਗਿਣਤੀਆਂ ਪੂਰੀਆਂ ਕਰੋ, ਗਿਣਤੀਆਂ ਪੂਰੀਆਂ ਕਰੋ, ਪਤਾ ਕੀ ਲੱਗਣਾ। ਗਿਆਨ ਨਾਲ ਟੁੱਟ ਗਏ ਅਸੀਂ ਤੇ ਅਸੀਂ ਤੁਹਾਡੇ ਅੰਨਾ ਚਕਾਣੇ ਰਾਜੇ ਬਣ ਬੈਠੇ। ਅਸੀਂ ਅੰਨਾ ਚ ਹੀ ਕਾਣਾ ਰਾਜਾ ਹੁੰਦਾ ਨਾ। ਜਿਸ ਕਰਕੇ ਏਦਾਂ ਇੱਕ ਇੱਕ ਪੁਆਇੰਟ ਨੂੰ ਸਮਝਣਾ, ਰਹੋ ਵਿਚਾਰ। ਆਓ ਉਹ ਹੁਣ ਮੈਂ ਅੱਗੇ ਕਹਿ ਦੇਵਾਂ। ਹੁਣ ਭਾਗ ਹੋਆ ਗੁਰਸੰਤ ਮਿਲਾਇਆ ਗੁਰੂ ਨੇ, ਕਿਉਂਕਿ ਰਾਜੇ ਨੂੰ ਹੁਸ਼ਿਆਰੀ ਆ ਉੱਥੇ, ਤਾਂ ਤੇ ਪਰਮਾਤਮਾ ਮਿਲਾਇਆ ਇੱਥੇ। ਅਰਥ ਹੈ ਸੰਤ ਦਾ ਪਰਮਾਤਮਾ। ਕਿਤੇ ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਸਾਹਿਬ ਕਹਿੰਦੇ ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੈ। ਹਮਰੋ ਭਰਤਾ, ਭਰਤਾ ਪਤੀ ਪਰਮੇਸ਼ਰ ਪਰਮਾਤਮਾ ਖਸਮ ਸਿੱਧ ਹੋ ਗਿਆ। ਜੋ ਬਹੁਤ ਵੱਡੇ ਗਿਆਨ ਵਾਲਾ, ਗਿਆਨ ਸਰੂਪੀ ਹੈ, ਜੋ ਗੱਲ ਮੁੱਕੀ। ਪਰਮਾਤਮਾ ਹੀ ਗਿਆਨ ਦਾ ਸੂਰਜ ਹੈ ਨਾ, ਇਹ ਸਰ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਪਰਮਾਤਮਾ ਰੂਪੀ ਸੂਰਜ ਤੋਂ ਆਇਆ ਗਿਆਨ ਹੈ। ਜਿਸ ਕਰਕੇ ਗੁਰਬਾਣੀ ਤੇ ਪਰਮਾਤਮਾ ਇੱਕ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਉਹ ਸਮਝ ਲਓ ਵੀ ਗੁਰਬਾਣੀ ਪਰਮਾਤਮਾ ਰੂਪੀ ਸੂਰਜ ਦਾ ਹੀ ਚਾਨਣ ਹੈ। ਇਹ ਕਿਰਨਾਂ ਗਿਆਨ ਦੀਆਂ ਪਰਮਾਤਮਾ ਰੂਪੀ ਸੂਰਜ ਤੋਂ ਹੀ ਆਈਆਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨੋਟ ਕਰੋ, ਸਿੱਧ ਹੋ ਗਿਆ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜਾ ਵਰਨਾ ਕੋਈ। ਜਿਸ ਕਰਕੇ ਇੱਦਾਂ ਇਹਨਾਂ ਗੱਲਾਂ ਨੂੰ ਆਪਾਂ ਸਮਝੀਏ, ਤਾਂ ਤੇ ਗੱਲ ਚੱਲ ਰਹੀ ਸੀ ਕਿੱਥੇ ਕਿ ਹੁਣ ਆਪਾਂ ਇਹ ਸਮਝ ਰਹੇ ਸੀ ਕਿ ਹਮਰੋ ਭਰਤਾ ਵੱਡੋ ਵਿਵੇਕੀ। ਹਮਰੋ ਸਾਡਾ ਜੋ ਭਰਤਾ ਪਤੀ ਪਰਮੇਸ਼ਰ, ਜੋ ਜੀਵਾਤਮਾ ਦਾ ਮਾਲਕ, ਜੋ ਬਹੁਤ ਵੱਡੇ ਵਿਵੇਕ ਵਾਲਾ, ਜੋ ਗਿਆਨ ਸਰੂਪ ਹੈ, ਆਪੇ ਸੰਤ ਕਹਾਵਾ ਕਹਿੰਦੇ, ਉਹੀ ਆਪ ਹੀ ਸੰਤ ਕਹਾਉਂਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿ। ਸਿੱਧ ਹੋ ਗਿਆ। ਪਤੀ ਪਰਮੇਸ਼ਰ ਪਰਮਾਤਮਾ ਨੂੰ ਕਹਿੰਦਾ ਨਾ, ਚਲੋ ਦੋ ਦੋ ਪ੍ਰਮਾਣ ਕਾਫੀ ਹੈ, ਕਿਉਂਕਿ ਆਪਾਂ ਅੱਗੇ ਥੋੜਾ ਹੋਰ ਵੀ ਵਿਚਾਰ ਕਰਨੀ ਹੈ। ਫਿਰ ਇੱਕ ਪ੍ਰਮਾਣ ਹੋਰ ਲੈ ਲਓ। ਇਹ ਪਹਿਲਾਂ ਆ ਗਿਆ ਜੀ, ਸੰਤ ਲਫ਼ਜ਼ ਪਰਮਾਤਮਾ ਦੇ ਅਰਥਾਂ ਚ ਅਨੇਕਾਂ ਥਾਵਾਂ ਤੇ ਆਉਂਦਾ। ਦੋ ਤਾਂ ਪ੍ਰਮਾਣ ਦਿੱਤੇ ਹੈ, ਬਾਣੀ ਨੂੰ ਸਮਝਣਾ ਹੁੰਦਾ ਹੈ। ਪਰ ਜਿਹੜੇ ਬਾਣੀ ਸਮਝਦੇ ਨੀ, ਪਾਠ ਕਰਦੇ ਕਰਦੇ ਜਿੱਥੇ ਸੰਤ ਲਫ਼ਜ਼ ਆ ਜੇ, ਉੱਥੇ ਵਾਲਿਆਂ ਨੂੰ ਤਾਂ ਚੋਲੇ ਵਾਲਾ ਦਿਸਣ ਲੱਗ ਜਾਂਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿ। ਨੋਟ ਕਰੋ, ਜਦੋਂ ਪਾਠ ਕਰਦੇ ਕਰਦੇ ਸੰਤ ਲਫ਼ਜ਼ ਆ ਗਿਆ, ਉਹਦੀ ਮੇਰੇ ਕਰਕੇ ਦਿਸਣ ਲੱਗ ਜਾਂਦਾ ਹੋ ਸਾਨੂੰ ਤਾਂ ਕੋਈ ਆਪਣੇ ਦੀ ਲਾ ਕੇ ਕਹਾਵਾਂ ਕਿਸੇ ਨੂੰ। ਬਸ ਵੀ ਤਾਂ ਫਲਾਨੇ ਬਾਬਾ ਜੀ ਦੀ ਆ ਗਈ ਮਹਿਮਾ। ਸੋਚੋ ਜਰਾ, ਸੰਤ ਲਫ਼ਜ਼ ਦਾ ਦੂਜਾ ਅਰਥ ਹੈ ਗੁਰਬਾਣੀ ਵਿੱਚ। ਤਾਂ ਪਹਿਲਾ ਅਰਥ ਪਰਮਾਤਮਾ ਅਨੇਕਾਂ ਥਾਵਾਂ ਤੇ, ਸੰਤ ਗੁਰੂ ਦੇ ਅਰਥਾਂ ਚ ਆਇਆ, ਅਨੇਕਾਂ ਥਾਵਾਂ ਤੇ ਕਹਿ ਰਿਹਾ ਮੈਂ। ਇਹ ਤਾਂ ਉਦਾਹਰਨਾਂ ਦੇ ਰਿਹਾ ਇੱਕ ਦੋ ਦੋ ਤਾਂ। ਜਿਸ ਤਰ੍ਹਾਂ ਪਹਿਲਾਂ ਤਾਂ ਸਪਸ਼ਟ ਸਿੱਧੇ ਹੀ ਕਹਿਤਾ, ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲ ਵਿਖ ਦੁੱਖ ਕਾਂਟੇ ਸਭ ਦੂਰੇ, ਆਤਮ ਜੋਤ ਭਈ ਪਰ ਫੂਲਤ, ਪੁਰਖ ਨਿਰੰਜਨ ਦੇਖਿਆ ਹਜ਼ੂਰੇ। ਸਤਿਗੁਰ ਸੰਤ, ਅਰਥ ਕਰਨ ਦੀ ਲੋੜ ਹੀ ਨਹੀਂ, ਸਪਸ਼ਟ ਹੀ ਕਰ ਦਿੱਤਾ ਵੀ ਸੰਤ ਨੂੰ ਸਤਿਗੁਰ ਕਿਹਾ, ਸਤਿਗੁਰੂ ਨੂੰ ਸੰਤ ਕਿਹਾ ਨਾ। ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲ ਵਿਖ ਦੁੱਖ ਕਾਂਟੇ ਸਭ ਦੂਰੇ। ਹੋਰ ਪ੍ਰਮਾਣ ਲੈ ਲਓ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਦੀ ਗੱਲ ਚੱਲ ਰਹੀ ਹੈ ਨਾ ਸਲੋਕ ਦੇ ਵਿੱਚ, ਅਗਲੀ ਪੰਕਤੀ ਦੇ ਵਿੱਚ ਕੀ ਕਿਹਾ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਕਿਹੜਾ ਸੰਤ? ਜਿਹਨੇ ਗਿਆਨ ਦਿੱਤਾ। ਗਿਆਨ ਕਿਹਨੇ ਦਿੱਤਾ? ਗੁਰਬਾਣੀ ਨੇ, ਗੁਰੂ ਨੇ। ਗਿਆਨ ਅੰਜਨ ਗੁਰ ਦੀਆ, ਭਾਵ ਕਿ ਗਿਆਨ ਦੇਣ ਵਾਲੇ ਗੁਰੂ ਨੂੰ ਅਗਲੀ ਪੰਕਤੀ ਦੇ ਵਿੱਚ ਸੰਤ ਲਿਖਿਆ। ਬੋਲੋ ਸਤਨਾਮ ਸ੍ਰੀ ਵਾਹਿ। ਤੇ ਕਈ ਕੀ ਕਰਦੇ ਆ, ਪਹਿਲੀ ਪੰਕਤੀ ਛੱਡ ਦਿੰਦੇ ਆ, ਪੂਰਾ ਸਲੋਕ ਨਹੀਂ ਪੜ੍ਹਦੇ। ਕਈ ਪਤਾ ਕੀ ਪੜ੍ਹਨਗੇ, ਚਲਾਕ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਤੇ ਮੈਂ ਕਹਿਣਾ ਹੁੰਦਾ ਪਹਿਲੀ ਪੰਕਤੀ ਵੀ ਨਾਲ ਪੜ੍ਹ ਲਓ, ਕਿਹੜਾ ਟੈਕਸ ਲੱਗਦਾ। ਕਹਿੰਦੇ ਟੈਕਸ ਤਾਂ ਕਾਹਨੂੰ ਲਾ ਦੋ, ਪਹਿਲੀ ਪੰਕਤੀ ਨਾਲ ਪੜ੍ਹ ਲਈ ਫਿਰ ਪਤਾ ਲੱਗ ਜੂ ਤਾਂ ਗੁਰੂ ਦੀ ਗੱਲ ਚੱਲਦੀ ਹੈ, ਮੇਰੇ ਅਰਕੇ ਬਾਬੇ ਦੀ ਥੋੜ੍ਹਾ ਗੱਲ ਚੱਲਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿ। ਜੋ ਕਹਿੰਦੇ ਪਹਿਲਾਂ ਵਾਲੀ ਪੰਕਤੀ ਛੱਡ ਦਿਓ, ਅੱਧਾ ਸਲੋਕ ਪੜ੍ਹੋ। ਇਹ ਚਲਾਕੀਆਂ ਨੋਟ ਕਰਾ ਰਿਹਾ ਤੁਹਾਨੂੰ ਮੈਂ, ਵੀ ਪਹਿਲਾਂ ਵਾਲੀ ਅੱਧੀ ਪੰਕਤੀ ਦਾ ਛੱਡ ਦਿਓ, ਅੱਧਾ ਸਲੋਕ ਪੜ੍ਹਿਆ ਕਰੋ ਬਸ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ, ਤਾਂ ਕਿ ਤੁਸੀਂ ਬਸ ਮੇਰੇ ਹਰਕ ਨਹੀਂ ਦੇਖੀ ਜਾਂਦਾ। ਸੋਚੋ ਜਰਾ, ਜੇ ਆਪਾਂ ਪਹਿਲਾਂ ਵਾਲੀ ਪੰਕਤੀ ਨਾਲ ਪੜ੍ਹੋ ਤਾਂ ਗਿਆਨ ਅੰਜਨ ਗੁਰ ਦੀਆ, ਗੁਰੂ ਦੀ ਗੱਲ ਚੱਲ ਰਹੀ ਹੈ ਇੱਥੇ ਤਾਂ। ਇਹ ਤਾਂ ਗੁਰੂ ਦੀ ਗੱਲ ਚੱਲ ਰਹੀ ਹੈ ਸਲੋਕ ਦੇ ਵਿੱਚ, ਗੁਰੂ ਸੰਤ ਦੀ ਗੱਲ ਚੱਲ ਰਹੀ ਹੈ, ਸਿੱਧ ਹੋ ਗਿਆ ਨਾ। ਇੱਦਾਂ ਗੁਰਬਾਣੀ ਦੇ ਗਿਆਨ ਨੂੰ ਸਮਝੋ, ਤਾਂ ਤੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਪਾਤੇ ਸੰਤ ਪਾਤੇ ਸੰਤ ਪਾਤੇ ਸੰਤ ਪਾਤੇ ਸੰਤ ਪਾਤੇ ਸੰਤ ਪਾਤੇ ਸੰਤ